ਸਾਡਾ ਜਨਮ ਹੋਈ ਹੈ ਪਾਣੀ ਭੁਲਵਾ ਦੇ ਸਾਰੇ ਭਰਾ ਨੂੰ ਇੱਧਰ ਲੈ ਇੱਧਰ ਆਉਣੇ ਪਾਣੀ ਦੀ ਧਰਤੀ ਦਾ ਕਿੰਨਾ ਮੈਂ ਸ਼ੌਕ ਦੇ ਨਹੀਂ ਬੰਨਾ ਨਾ ਪੱਖਾ ਬਿਆ ਵੀ ਪੱਗ ਕਿ ਮੈਂ ਹੈਗਾ ਹੀ ਸਰਦਾਰ ਹਾਂ ਕਿ ਮੈਂ ਹੈਗਾ ਹੀ ਸਰਦਾਰ ਹਾਂ ਬਾਜਾ ਮਾਰ ਦੀ ਦਿੱਤੀ ਹੋਈ ਸਿੱਖੀ ਕਾਇਮ ਰੱਖੇ ਮੁੰਡੇ ਨੇ ਪੈਂਤੀ ਹਜ਼ਾਰ ਦੇ ਫਿਲਟਰ ਪਿੱਛੇ ਆ ਪਰ ਚਾਰ ਰਨ ਮੁੰਡੇ ਨੇ ਆਪਣੀ ਟੀਮ ਲਈ ਜੋੜ ਦਿੱਤੇ ਆ ਕਿ ਭਾਜੋ ਨੌਜਵਾਨਾਂ ਭਾਜੋ ਨੌਜਵਾਨਾਂ ਚਾਰ ਰਨ ਮੁੰਡੇ ਨੇ ਆਪਣੀ ਟੀਮ ਲਈ ਜੋੜ ਦਿੱਤੇ ਆ ਬੱਲੇ ਬੱਲੇ ਕਰਵਾ ਦਿੱਤੀ ਹੈ ਬੱਲੇ ਬੱਲੇ ਮੁੰਡੇ ਨੇ ਆਪਣੀ ਟੀਮ ਲਈ ਕਰਵਾ ਦਿੱਤੀ ਹੈ ਇਹ ਡੱਬਾ ਸੁੱਤੋਵਾਲ ਦੀ ਧਰਤੀ ਦਾ ਕਿ ਚੈੱਕ ਕਰ ਰਹੀ ਇਤਿਹਾਸ ਯਾਰ ਬੰਦੇ ਕਿੰਨੇ ਖਾਸ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ ਕਿ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਤੇ ਸਾਡੇ ਬੱਲੇ ਰਿਕਾਰਡ ਬੋਲਦੇ ਕਿ ਐਵੇਂ ਨੀ ਸਪੀਕਰਾਂ ਦੇ ਨਾਂ ਬੋਲਦਾ ਮਾਰੇ ਨੇ ਬਾਜ਼ਾਰ ਵੀ ਬਸ ਤਾਂ ਬੋਲਦਾ ਇੱਕ ਅੱਧੇ ਨੀ ਪਿੰਡ ਪਿੰਡ ਥਾਂ ਥਾਂ ਬੋਲਦਾ ਕਿ ਮਾਰੇ ਨੇ ਬਾਜ਼ਾਰ ਵੀ ਬਸ ਤਾਂ ਬੋਲਦਾ ਮੈਂ ਸਾਹਮਣੇ ਕਹਿੰਦੇ ਡੱਬਾ ਸੁੱਤੋਵਾਲ ਦੀ ਧਰਤੀ ਦਾ ਵਿਕਟ 300 ਦੀ ਹੈ ਵਿਕਟ 300 ਦੀ ਹੈ ਪਰ ਨੱਬਾ 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 ਦਾ ਫਿਰ ਨੱਬਾ ਹੈ ਨੱਬਾ ਦਾ ਫਿਰ ਨੱਬਾ ਹੈ ਉਹਨੇ ਕਹਿੰਦੇ ਛੱਕਾ ਚੋਟੀ ਦਾ ਮਾਰ ਦਿੱਤਾ ਹੈ ਉਹਨੇ ਛੱਕਾ ਚੋਟੀ ਦਾ ਮਾਰ ਦਿੱਤਾ ਹੈ ਵੀ ਨੱਬਾ ਨੱਬਾ ਸੁੱਤੋਵਾਲ ਦਾ ਨੀ ਕੁੜੀਓ ਬੜਾ ਪਵਿੱਤਰ ਭੈਣਾ ਨੀ ਇੱਕ ਵਾਰੀ ਜਿਹਦੇ ਪਿੱਛੇ ਪੈ ਜਾਏ ਮੁੜ ਕੇ ਫੇਰ ਛੱਡਦਾ ਖੜਾ ਨੀ ਛੱਕੇ ਤੇ 200 ਰੁਪਇਆ ਰਾਜ ਭਾਜੀ ਕਹਿੰਦੇ ਆ 300 ਦੀ ਵਿਕਟ ਹੈ ਉੱਧਰ ਸਾਡਾ ਵੀਰ ਆ ਵਿੱਚ ਉਹ ਕਹਿੰਦੇ ਭਾਜੀ ਕਹਿੰਦੇ 300 ਦੀ ਵਿਕਟ 200 ਦਾ ਛੱਕਾ ਪੈਂਤੀ ਪਾਲ ਦੇ ਸਿਪਲੇ ਮੁੰਡੇ ਨੇ ਸੋਹਣੀ ਟਰਾਈ ਕੀਤੀ ਹੈ ਇੱਕ ਰਨ ਦੇ ਵਾਧੇ ਭੱਜ ਗਏ ਹੋਣਗੇ ਮਿੱਤਰੋ ਕਿ ਪਹਿਲੀ ਭੱਜ ਮੈਦਾਨਾਂ ਤੁਰਿਆ ਜੀਤੇ ਮਾਰ ਨਾ ਪੇਚਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਤੇ ਮਿੱਤਰਾਂ ਬਹਿ ਗਿਆ ਗੋਡੇ ਲਾ ਕੇ ਵੀ ਸਿੰਘ ਫਸ ਗਏ ਕੁੰਡੀਆਂ ਤੇ ਮਿੱਤਰਾਂ ਬਹਿ ਗਿਆ ਗੋਡੇ ਲਾ ਕੇ ਲਾਓ ਸਾਹਮਣੇ ਕਹਿੰਦੇ ਸਿਰੇ ਦਾ ਬਾਜ ਸਿਰੇ ਦੀ ਟੱਕਰ ਹੈ ਆ ਸੱਤੇ ਭਾਗ ਹੈ ਸਾਹਮਣੇ ਇੱਥੇ ਬਾਲਾ ਕਸ਼ੀ ਜੀ ਨੇ ਪਾਉਣੀਆਂ ਸਪਤਮ ਨੇ ਵੀ ਬੜੀ ਚੜ੍ਹਾਈ ਹੈ ਤੇ ਪੈਂਦੀ ਹਿਦਾਲ ਇਸ ਵੇਲੇ ਰਾਜ ਭਾਜੀ ਦੀ ਟੀਮ ਹੈ ਤੇ ਬਾਲ ਪੈਂਦੀ ਹੈ ਚੁਣੀਆਂ ਕਹਿੰਦੀ ਹੈ ਵੀ ਕੁਝ ਨਾ ਕੁਝ ਜ਼ਰੂਰ ਹੋਣਾ ਜ਼ਰੂਰ ਹੋਣਾ ਪੱਲੇ 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 ਕਰਵਾ ਦਿੱਤੀ ਹੈ ਲਓ ਜਸਪਾਲ ਭਾਜੀ ਲਗਾਤਾਰ ਤੀਜੀ ਵਾਰੀ ਆ ਵੀ ਤੀਜੀ ਵਾਰ ਪਹਿਲੀ ਵਾਰ ਤੇ ਹੋਏ ਲਗਾਤਾਰ ਤੀਜੀ ਵਾਰ ਪਹਿਲੀ ਦੌੜ ਹੋਇਆ ਵੀ ਪਹਿਲੀ ਪਹਿਲੀ ਪੇਸ਼ੀ ਯਾਰ ਛੁੱਟ ਜੇ ਲੱਡੂ ਵੰਡ ਦੀ ਕਚਹਿਰੀ ਆਵਾਂ ਵੀ ਪਹਿਲੀ ਪੇਸ਼ੀ ਯਾਰ ਛੁੱਟ ਜੇ ਲੱਡੂ ਵੰਡ ਦੀ ਤਹਿਸੀਲ ਆਵਾਂ ਲਾਓ ਸਾਹਮਣੇ ਕਹਿੰਦੇ ਵੰਡੀ ਨਗਰ ਦਾ ਪੱਧਰ ਉਹਨੇ ਸੱਤਿਆਂ ਵੀ ਵੋਟ ਦਿੱਤਾ ਹੁਣ ਆ ਗਿਆ ਗੱਜਾ ਸਾਹਮਣੇ ਗੱਜੇ ਨੇ ਪਿਛਲੇ ਬੈਗੇ ਤੇ ਬੜੀ ਸੋਹਣੀ ਬੋਲਿੰਗ ਬੈਟਿੰਗ ਕੀਤੀ ਆ ਓਵਰ ਦੀ ਸਮਾਪਤੀ ਤੇ 12 ਰਨ ਇੱਕ ਦਰਜਨ ਰਨ ਬਣ ਗਏ ਜਿਹੜਾ ਜੇ 12 ਰਨ ਬਣ ਗਿਆ ਲਾਓ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਓਵਰ ਦੀ ਸਮਾਪਤੀ 12 ਰਨ ਬਣ ਗਏ ਅਗਲਾ ਓਵਰ ਪਾਉਣ ਲਈ ਨੰਦ ਰਾਜਪੂਤ ਆ ਗਿਆ ਪ੍ਰਤਾਪ ਸਿੰਘ ਵਾਲੇ ਵਾਲਾ ਸਾਡੇ ਨਗਰ ਦਾ ਸਾਡੇ ਪਿੰਡ ਵਾਲਾ ਵੀ ਆਪਣੇ ਗਰਾਈ ਕੋਲੋਂ ਹਾਲ ਪੁੱਛਾ ਪਿੰਡ ਦਾ ਪਰ ਜਾਣੇ ਮਾਤਾ ਕਿ ਪੰਜਾਬ ਜਾਂਦਾ ਖੇਡਦਾ ਕਦੇ ਕਿਸੇ ਰਾਵੀ ਕੋਲੋਂ ਮੱਖਣ ਦਾ ਚਨਾਬ ਹੋਵੇ ਆਪਣਾ ਪੰਜਾਬ ਉਹਦੇ ਘਰ ਦੀ ਸ਼ਰਾਬ ਹੋਵੇ ਮੱਖਣ ਬਰਾੜ ਦੇ ਗੀਤਾਂ 'ਚ ਲਿਖਿਆ ਤੇ ਗੁਰਦਾਸ ਮਾਨ ਸਾਹਿਬ ਨੇ ਬੋਲਿਆ ਲਾਓ ਜੀ ਵਿਕਟ ਦੀ 300 ਦੀ ਹੋਵੇਗੀ ਤੇ ਵਿਕਟ ਦੀ 300 ਦੀ ਹੋਵੇਗੀ ਅਮਿਤ ਭਾਜੀ ਜਸਪਾਲ ਭਾਜੀ ਯਾਰੀ ਘੂੜੀ ਹੈ ਵੀ ਯਾਰਾਂ ਦੇ ਯਾਰੀਆਂ ਦੇ ਲਾਓ ਸਾਹਮਣੇ ਕਹਿੰਦੇ ਇਸ ਵੇਲੇ 300 ਦੀ ਆ ਵਿਕਟ 300 ਦੀ ਹੈ ਵੀ 90 ਨੂੰ ਜੇ ਅਜਾਊਟ ਕਰਕੇ ਥਾਪੀ ਮਾਰ ਦੇਣਾ 300 ਦੇ ਦੇਣਗੇ ਨੌਜਵਾਨਾਂ ਪੈਂਤੀ ਫਿਲਟਾਲ ਦੇ ਪਿੱਛੇ ਫਿਲਟਰ ਹੈ ਲਾਓ ਸਾਹਮਣੇ ਹਾਬੇ ਵਾਲੀ ਗੋਲ ਨੂੰ ਟਰਾਈ ਕਰਦਾ ਮੇਰੇ ਵੀਰੋ ਇੱਕ ਰਨ ਦੇ ਵਾਧੇ ਹੋਣਗੇ ਨੌਜਵਾਨਾਂ ਇਸ ਵੇਲੇ ਨੰਦ ਰਾਜਪੂਤ ਪਰਿਵਾਰ ਦਾ ਜਿਹੜਾ ਬੋਲਣਾ ਪਾਵੇਗਾ ਤੇ ਸਾਹਮਣੇ ਗੱਜਾ ਆ ਗਿਆ ਇਹਨੇ ਵੀ ਕਹਿੰਦੇ ਬੜੀ ਅੱਤ ਕਰਵਾਈ ਆ ਪੂਰੇ ਟੂਰਨਾਮੈਂਟ ਵਿੱਚ ਇਹਦੀ ਵੀ ਪੂਰੀ ਚੜ੍ਹਾਈ ਆ ਕਹਿੰਦੇ ਇਹਨੇ ਪਿਛਲੇ ਮੈਚਾਂ ਤੇ ਬੜੀ ਸੋਹਣੀ ਬੈਟਿੰਗ ਕੀਤੀ ਆ ਇਸ ਵੇਲੇ ਪੈਂਤੀ ਫਿਲਟਾਲ ਤੇ ਗੱਜਾ ਸਾਹਮਣੇ ਪ੍ਰਭਾਵ ਦੇਖੋਗੇ ਬਾਈਦਾ ਵੀ ਉਹ ਡਰਦੇ ਨਹੀਂ ਹੁੰਦੇ ਜਿਹਨਾਂ ਦੁਨੀਆਂ ਡਰਾਉਣੀ ਉਧਰ ਰਾਤਾਂ ਨੂੰ ਨਾ ਸੋਤੇ ਜਿਹਨਾਂ ਦਿਨੇ ਅਖਲਾਉਣੀ ਕਈ ਵਾਰ ਅੱਖਾਂ ਉੱਤੇ ਬੰਦ ਪੱਟੀਆਂ ਤਾਂ ਕਿ ਸੂਈ ਵਾਲੇ ਨੱਕੇ ਚੋਂ ਪਰਾਉਣੇ ਪੈਂਦੇ ਨੇ ਕਿ ਐਵੇਂ ਚੰਗੇ ਰਹਿੰਦੇ ਲੋਕ ਦਿਨ ਨਹੀਂ ਕਿਤੇ ਦਿਨ ਦੁਨ ਨਹੀਂ ਚੰਗੇ ਆਉਂਦੇ ਹੁੰਦੇ ਵੀ ਦਿਨ ਪਹਿਲੇ ਆਉਣੇ ਪੈਂਦੇ ਨੇ ਵੀ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਨਹੀਂ ਕਿਤੇ ਦਿਨ ਚੰਗੇ ਆਉਂਦੇ ਨਹੀਂ ਲੋਕ ਲਿਆਉਣੇ ਪੈਂਦੇ ਨੇ ਸਾਹਮਣੇ ਕਿੰਨੀ ਖੇਡ ਦੌਰਾਨ ਦੇ ਤਰ੍ਹਾਂ ਦੇ ਵਾਧੇ ਭਾਈ ਜੀ ਬੈਟ ਨਾਲ ਹੈ ਜਾਂ ਲੈਗ ਬੈਜ ਜ਼ਰੂਰ ਦੱਸੋ ਬੈਟ ਨਾਲ ਹੈ ਜੀ ਬੈਟ ਨਾਲ ਹੈ ਲਾਓ ਸਾਹਮਣੇ ਕਿੰਨੇ ਇੱਕ ਰਨ ਦੇ ਵਾਧੇ ਮੁੰਡੇ ਨੇ ਆਪਣੀ ਟੀਮ ਲਈ ਜੋੜ ਦਿੱਤੇ ਆ ਹੁਣ ਸਾਹਮਣੇ ਆ ਗਿਆ ਨੱਬਾ ਸੁੱਤੋਵਾਲ ਆ ਰਾਜ ਭਾਜੀ ਕਹਿੰਦੇ ਵੀ ਛੱਕਾ ਵੱਜੂ ਤਾਂ ਸਨਮਾਨ ਜਿਹੜਾ ਵੱਡਾ ਕਰ ਦੇਣਗੇ ਲਾਓ ਜੀ ਰਾਜ ਭਾਜੀ ਨੋਟ ਕੱਢ ਲਈਏ ਕਹਿੰਦੇ ਜੇਬ ਦੇ ਵਿੱਚ ਮੈਨੂੰ 200 ਦੇ ਦੇਣਾ ਦੱਸਾਂਗੇ ਤੁਹਾਨੂੰ 200 ਰੁਪਏ ਦਾ ਛੱਕਾ ਆਉਣਾ ਨੌਜਵਾਨ ਹੈ ਛੱਕਾ 200 ਰੁਪਏ ਦਾ ਲੱਭਿਆ ਛੱਕਾ 200 ਦਾ ਵਿਕਟ 300 ਦੀ ਹੈ ਛੱਕਾ 200 ਦਾ ਵਿਕਟ 300 ਦੀ 300 ਦੀ 300 ਬੱਲੇ 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 ਉਹਨੇ ਨੱਬਾ ਮੋੜਤਾ ਨੱਬਾ ਮੋੜਤਾ ਨੱਬਾ ਮੋੜਤਾ ਪਿਓ ਦੇ ਨੱਬਿਆ ਜਾਂਦੀ ਹੈ ਸੜਕ ਪਿੰਡ ਨੂੰ ਸੜਕ ਸੋਹਣਿਆ ਵੇ ਪੈਂਦਾ ਪੈਂਦਾ ਪੈ ਜਾਂਦਾ ਇਹ ਸੜਕ ਸੋਹਣਿਆ ਵੇ ਇਹ ਗੱਲ 90 ਨੂੰ ਵੀ ਪਤਾ ਸੜਕ ਕਿੱਥੇ ਪੈਣਾ
फर्क कितने पैना बंदे भी पता है कि नब्बे फर्क पाया जाना है, फर्क पाया जाना। लाओ सामने कहते नंद राजपूत परिवार का मुंडा कहते पिछा मुंडे का उत्तरांचल का उत्तराखंड का है, यह मुंडा कहते सामने कहते पंजाब पलिया और कहते लुधियाने पक्के दे रहे प्रताप सिंह वाले पिंड इस वे गोला पाउ की तैयार बख्तियार उन्हें नब्बा मोड़ता एक फटी टिकट का पतन पाओ सामने खेड़ मैदान में अगला बंदे में जाए तो सामने पे तुम बाहर इस वे वाइड वाला वाइड वाला देवी लाल आ गया जी देवी लाल सामने इस वे देवी लाल ने सामना करना लाभी नौजवान बड़ा मान किया राजभाज ने पिछले साल भी डिफेंडिंग चैंपियन टीम है और कहते पिछले साल चैंपियन टीम रही हाल इस वे सामने उ टीम सामने है पर पेचा इस वाली न्यू चंद्र नगर वाला बंदा तो पैंती फिलहाल फिल्टर पिछे है वो मैं लगता भी चार रन के बाद जो यकीन तौर पर हो गए तो तिली तो बन गया लौंग लौंग तो कोका बन गया वे अंदरी बॉल तो बजे शाउन तो हूं चौका बन गया वे लाओ चार रन के बाद मुझे अपनी टीम नहीं कर दते हैं ये देवी लाल है कि जिन्हें चार रन के बाद कर दते हैं उच्चा लंबा कंध है तो उच्ची लंबी हेक कि मुंडा अपनी टीम लिए जोर का हो मेरे भी चार रन उस वे देवी लाल मेरे भी लाओ सामने बंदा पाउन भी तैयार बर तैयार राजपूत परिवार का नाता है उधर गुरमृत राजपूत भाजी भी पुजे है पैदी अपनी बाल है सोनी बाल बाल दो बार बाल दो बार दो बाल है दो बाल है अंपायरों के इशारे दो बाल है तो शक्ति मान वागू उपर की उपर घुमा दिखती है कि दो बाल के फ्री हिट के इशारे सूरज भाजी कर दिते गए हैं एक सूरज भाजी भी बैठे हस रहे हैं इन गलों के हसते लाओ सामने फ्री हिट दिखती गई है फ्री हिट नो बाल भी नो बाल बालर भी माड़ा टाइम होंगे हुणते बल्लेबाजी दसो भी कितना कु टाइम होंगे हुण तो सामने वाला बल्लेबाजी दसो भी कितना कु टाइम होंगे पर नंद दुले पेरों का कुछ नहीं डुगर जे बाला डाउट मार देना दुनिया ने अपने आप ताड़ियां मार देनिया कहती हुई बाल से खेल के मैदान की सोहनी बाल के पर इस वे चार रन की यकीनन पाओ तो खड़े नौजवान चार रन जो होंगे आओ सामने कहते खेड मैदान की चार रन के बाद मुंडे ने अपनी टीम लिए कर देवी लाल है कि कहते नब्बे के जान के बाद मुंडा ठंडा नहीं पिया मुंडे ने उ इंजन रखिया मेरे भी सामने तो उ इंजन जरा गर्म रखिया एन कहते बड़ा मैच है भी फांसिया पीपी चाड़े जाके खड़ते मोड़ों से दस प्लस्तर लगे जाने सब के जोड़ों से करके बंद दिता नकाल जवाली सुरग दिया भी लुकड़ कितने नहीं दिलने नहीं देखी डाका खड़ गया फिल्डर को बेनती है तू अंदर आ जा फिल्डर को बेनती है तू अंदर आ जा फिल्डर तू अंदर आ जा तू अंदर आ छोटे तू अंदर आ जा बस बल अपने को होर है फिल्डर को बेनती है तू अंदर आ जा लाए भी मित्रों सामने चार रन के बाद मुंडे ने अपनी टीम नहीं कर दिया अगले बोला आनंद सामने पाउन लिए तैयार कर तैयार है ला भी नाता जो बाला सिरे दौने बने मित्र भी बोला कह दौड़िया बढ़िया बाला सिरे दौड़िया बढ़िया अजकल जो छक्के बजते हैं तो दुनिया अपने आप ताड़ी मार दी है ओवर की समाप्ति तो दसिए भाई पच्ची रन दो ओवर की समाप्त 25 रन बिल्डा साढ़ा फिर कनीजा वाला साउंड की सेवा बहुत वधिया साउंड है बड़े सोहनी आवाज जी साढ़े कन्ना तक प्रदान की है उस वीर का धन्यवाद है उस वीर का बहुत बड़ा धन्यवाद है भी दो बजे तो जोर स्पीकर लगने नहीं जेड़े बाजे बज के मुड़ के बजने नहीं पार्क हद बता गया जाके कलिया की मुड़ याद सतावे पिंड दलिया की भी मुड़ याद सतावे पिंड गलिया दो ओवर 25 रन लाओ कशिश आ गया सामने बोला पाउन भी तैयार पर तैयार कशिश की बॉल होगी तो कंजे ने सामना करना गंजा आ गया सामने इस वे गंजे ने सामना करना यह गल सिरे दिया लाओ सामने कहते इस वे गंजे ने सामना करना और गंजा कहते सामने मेरे वीरे एन पिछले मैचों मुंडे ने पूरी धुखी कटी है एन कहते सीरीज के मुंडे ने बड़ा दबदबा बना रखा लाओ पैदी हुई बार के खेल के मैदान में इस वे एक रन के बाद यकीन पाउन के हो गए गंजा बड़ी दिमाग की गेंद खेलता यह जो तगड़े बॉलर होंगे ना उन्होंने सिंगल पाता जो कोई माड़ा बॉलर होता फिर कहते कपा दबा के ना वो जो सामने बनया हुआ कॉलेज उन्होंने दबा मेरे वीरे सामने खेल के मैदान में देवी लाल ने सामना करना पैदी हुई बार एक रन के बाद जो यकीन तौर पर जुट गए दूजे की ट्राई है पर एक रन जोड़ा वह मुंडे ने अपनी टीम की जोड़ कर लाओ सामने गंजा आ गए इस वे अभी गंजा प्यारी खिच राज भाई ने बड़ा सन्मान किया मेरा 200 रुपए का छिंका होना मित्र मेरा 200 रुपए का भी जे अगर गंजा छिंका मार देना 200 रुपए राज भाई कहते असं दे देंगे लाओ सामने पर सिरे की बाल इस वे कशिश ने मार दे कशी कहता 200 रुपए का चेक मैं तेन कट के दू 200 रुपए का चेक कशिश कहता मैं तेन कट के देना लाओ सामने इस वे बोला पाउन भी फिर तैयार पर तैयार है सिरे की बाल जी मुंडे ने इस वे पा दिखती है एक कशिश है मेरे भीर न्यू चंद्र नगर धरती का टीम लिए कप्तानी भी करता
ਤੇ ਮੈਨੂੰ ਲੱਗਦਾ ਮੈਂ ਜਾਣ ਜਿਹੜੇ ਇੱਕ ਤੋਂ ਦੋ ਤਿੰਨ ਜਾਂ ਚਾਰ ਦੇ ਵਾਧੇ ਜਿਹੜੇ ਗੱਜੇ ਨੇ ਕਰ ਦਿੱਤੇ ਵਾਹ ਗੱਜਿਆ ਵੀ ਮੇਰਾ ਤੇ ਮਾਹੀ ਤੁਰਨੇ ਵਾਲਾ ਕੀ ਇਹ ਗੱਜਾ ਮੰਜਾ ਕੌਣ ਭਾਬੀ ਦੀਵਾ ਜਗਾ ਵੀ ਗੱਲਾਂ ਜਿਹੜੇ ਗੀਤਾਂ 'ਚ ਹੁੰਦੀਆਂ ਨੇ ਇਹ ਕਹਿੰਦੇ ਗੱਜਾ ਗੱਜਾ ਸਾਹਮਣੇ ਉਸ ਸਾਹਮਣੇ ਕਹਿੰਦੇ ਦੁਨੀਆਂ ਇਹਨੂੰ ਗੱਜਾ ਗੱਜਾ ਕਹਿੰਦੀਆਂ ਵੀ ਪੂਰੀ ਅੱਤ ਦੀ ਚੜ੍ਹਾਈ ਆ ਇਹਨੇ ਪਿਛਲੇ ਮੈਚਾਂ ਵਿੱਚ ਬੜੀ ਸੋਹਣੀ ਬਾਡੀ ਕੀਤੀ ਆ ਇਸ ਵਾਰੀ ਕਹਿੰਦੇ ਨਿਊ ਚੰਦਰਨਗਰ ਦੀ ਟੀਮ ਨੂੰ ਮੂਹਰੇ ਲਾਉਣ ਨੂੰ ਫਿਰਦਾ ਇਸ ਵੇਲੇ ਮੂਹਰੇ ਲਾਉਣ ਨੂੰ ਫਿਰਦਾ ਮੇਰੇ ਵੀਰੋ ਅਗਲੀ ਬਾਲ ਫੇਰ ਉਹ ਕਸ਼ਿਸ਼ ਨੇ ਕਰਨੀ ਹੈ ਲਾ ਵੀ ਕਸ਼ਿਸ਼ ਤਕੜਾ ਹੋ ਦੁਨੀਆਂ ਨੇ ਕਹਿੰਦਾ ਕਸ਼ਿਸ਼ ਮਾੜਾ ਹੋ ਗਿਆ ਦੁਨੀਆਂ ਨੇ ਕਹਿੰਦਾ ਕਸ਼ਿਸ਼ ਮਾੜਾ ਹੋ ਗਿਆ ਕਸ਼ਿਸ਼ ਮਾੜਾ ਹੋ ਗਿਆ ਪਰ ਸਾਹਮਣੇ ਉਹ ਮੁੰਡਾ ਹੈਬੋਵਾਲ ਦੀ ਧਰਤੀ ਦਾ ਗੋਲੂ ਹੈ ਵੀ ਜਿਹੜਾ ਕਹਿੰਦੇ ਸਾਹਮਣੇ ਨਾ ਚੀਨ ਦੀ ਕੱਧ ਵਾਂਗੂ ਬਣਿਆ ਖੜਾ ਇਸ ਵੇਲੇ ਕਹਿੰਦੇ ਸੋਹਣੀ ਫੀਲਡ ਕਰ ਦਿੰਦੀ ਹੈ ਕਿ 3 ਰਨ ਆਪਣੀ ਟੀਮ ਲਈ ਬਚਾਤੇ ਹੈ ਤੇ 1 ਰਨ ਜਿਹੜਾ ਮੁੰਡੇ ਨੇ ਆਪਣੀ ਭੱਜ ਕੇ ਟੀਮ ਲਈ ਜੋੜ ਦਿੱਤਾ ਇਸ ਵੇਲੇ ਸਾਹਮਣੇ ਕਹਿੰਦੇ ਬੜਾ ਹੀ ਤਕੜਾ ਮੈਚ ਆ ਖੇਡਿਆ ਜਾ ਰਿਹਾ ਦੋਨੇ ਟੀਮਾਂ ਦੇ ਦਰਮਿਆਨ ਵੀ ਮੁੱਲ ਪੈਣ ਸ਼ਰੀਰਾਂ ਦੇ ਜਿਹੜੇ ਲਾਉਂਦੇ ਮਿਹਨਤ ਤਾਈਂ ਉੱਠ ਕੇ ਤੱਕ ਜ਼ੋਰ ਜਵਾਨਾਂ ਦਾ ਲੈਗਨ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਦੇ ਘਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਥ ਪਾਸੇ ਲੁੱਟੀਆਂ ਪਾਉਂਦੇ ਫਿਰੇ ਜਵਾਨੀ 3 ਓਵਰ ਤੇ 33 ਬਣ ਗਏ ਆ ਲਾਓ ਕਹਿੰਦੇ 3 ਓਵਰ ਦੀ ਸਮਾਪਤੀ ਤੇ 33 ਬਣ ਗਏ ਆ 3 ਓਵਰ ਦੀ ਸਮਾਪਤੀ 33 ਹੈ ਰਾਜ ਮਲਕ ਭਾਈ ਦੀ ਟੀਮ ਆ ਪਿਛਲੇ ਸਾਲ ਦੀ ਚੈਂਪੀਅਨ ਟੀਮ ਹੈ ਵੀ ਜਿਹੜੀ ਬੈਟਿੰਗ ਕਰਦੀ ਹੈ ਨਾ ਇਸ ਵਾਰੀ ਫੇਰ ਕਹਿੰਦੇ ਵੱਡਾ ਦਬਦਬਾ ਬਣਾਇਆ ਲਗਾਤਾਰ 2 ਸਾਲ ਬਾਈ ਜੀ ਲਗਾਤਾਰ 2 ਸਾਲ ਇਹਨਾਂ ਨੇ ਫਾਈਨਲ ਦੇ ਵਿੱਚ ਕਹਿੰਦੇ ਆਪਣੀ ਜਿਹੜੀ ਟਿਕਟ ਕਟਾਈ ਹੈ ਇੱਕ ਵੱਡੀ ਮੁਬਾਰਕਬਾਦ ਵੀ ਹੈ ਇੱਕ ਵੱਡਾ ਜਜ਼ਬਾ ਵੀ ਹੈ ਹੌਸਲਾ ਵੀ ਹੈ ਹੌਸਲਾ ਹੋਣਾ ਵੀ ਚਾਹੀਦਾ ਇਹਨਾਂ ਕਹਿੰਦੇ ਗੱਲਾਂ ਕਹਿੰਦੇ ਟਿਕਾਣੇ ਦੀਆਂ ਵਧੀਆ ਪ੍ਰਦਰਸ਼ਨ ਕਰਕੇ ਅੱਗੇ ਆਇਆ ਅਗਲੀ ਬਾਲ ਪਾਉਣ ਲਈ ਆਨੰਦ ਰਾਜਪੂਤ ਪਰਿਵਾਰ ਦਾ ਸਾਹਮਣੇ ਮੇਰੇ ਵੀਰੋ ਤਿਆਰ ਵਰ ਤਿਆਰ ਹੈ ਵੀਰ ਜੀ ਸਾਡੇ ਪੁੱਜਿਆ ਵੱਡਾ ਧੰਨਵਾਦ ਹੈ ਲਾਓ ਸਾਹਮਣੇ ਕਹਿੰਦੇ ਬੋਲਾਂ ਪਾਉਣ ਲਈ ਤਿਆਰ ਵਰ ਤਿਆਰ ਇਸ ਵੇਲੇ ਕਹਿੰਦੇ ਸੋਹਣੀ ਬਾਲ ਜਿਹੜੀ ਉਹ ਆਨੰਦ ਨੇ ਪਾ ਦਿੱਤੀ ਹੈ ਇਹ ਮੁੰਡਾ ਬਾਕੀ ਸਭਾ DFC ਵਿੱਚ ਜੋਬ ਕਰਦਾ ਹੈ ਕਿ ਡਾਕਟਰਾਂ ਦੇ ਨਾਲ ਰਹਿੰਦਾ ਡਾਕਟਰਾਂ ਦੇ ਨਾਲ ਡਾਕਟਰ ਬਣ ਚੁੱਕਿਆ ਵੀ ਕਿ ਤੂੰ 10 ਘਟਾਉਣਾ ਤਾਂ ਵੀ ਮੁੰਡਾ ਡਾਕਟਰ ਵਹਿਮਾ ਦਾ ਵੀ ਤੂੰ 10 ਘਟਾਉਣਾ ਤਾਂ ਮੁੰਡਾ ਡਾਕਟਰ ਵਹਿਮਾ ਦਾ ਛੋਟੀ ਉਮਰ ਹੈ ਉਮਰ ਭਾਵੇਂ ਹਜੇ 20 ਸਾਲ ਦੀ ਹੈ ਅੱਡਰ ਦੇ ਕੰਮਾਂ ਤੇ ਵੀ ਬੜੀ ਚੜ੍ਹਾਈ ਹੈ ਇਹਨੇ ਕਹਿੰਦੇ ਮਲੇਰਕੋਟ ਲਈ ਧਰਤੀ ਤੇ ਬੜੀ ਦੁਨੀਆਂ ਨਜਾਈ ਆ ਪ੍ਰਤਾਪ ਸਿੰਘ ਵਾਲੇ ਨੂੰ ਇੱਕ ਬੈਸਟ ਬੋਲਰ ਦਾ ਖਿਤਾਬ ਦਿੱਤੇ ਆ ਇੱਕ ਪੱਖੇ ਦਾ ਸਨਮਾਨ ਕੀਤਾ ਗਿਆ ਲਾਓ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਬੋਲਾ ਪਾਉਣ ਦੀ ਨੰਦ ਤਿਆਰ ਕਰਦਿਆਂ ਤੇ ਦੇਵੀ ਲਾਲ ਨੇ ਸਾਹਮਣੇ ਕਰਨਾ ਹੈ ਦੇਵੀ ਲਾਲ ਨੇ ਉਹਨੇ ਬਾਲ ਸਿਰ ਦੀ ਪਾ ਦਿੱਤੀ ਹੈ ਵੀ ਚੱਲਦੇ ਹੋਏ ਸਮੇਂ ਤੇ ਜਮਾਨਾ ਹੈ ਪੁਕਾਰ ਦਾ ਸਿਰੇ ਦਾ ਖਿਡਾਰੀ ਮੁੰਡਾ ਤੇਜ ਰਫਤਾਰ ਦਾ ਵੀ ਤੇਲ ਨਾ ਦੇਖੋ ਤੇਲ ਦੀ ਧਾਰ ਦੇਖੋ ਮੁੰਡਾ ਦੇਖੋ ਮੁੰਡੇ ਦੀ ਬਾਲ ਦੇਖੋ ਤੇ ਬਾਲ ਦੀ ਰਫਤਾਰ ਦੇਖੋ ਆਨੰਦ ਰਾਜਪੂਤ ਪਰਿਵਾਰ ਦਾ ਮੇਰੇ ਵੀਰੋ ਦੀਵਾਨ ਗੱਲੋਕੇ ਵਾਲੇ ਉਹਨਾਂ ਦੇ ਨਾਲ ਰਿਸ਼ਤੇਦਾਰੀ ਨਾਲ ਪੈਂਦੀ ਸੀ ਬਾਲ ਫਿਰ ਸੋਹਣੀ ਬਾਲ ਮੁੰਡੇ ਨੇ ਉਹਨੇ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਉਹਨੇ ਦੇਵੀ ਲਾਲ ਦੇ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਵੀ ਦੇਵੀ ਲਾਲ ਆਉਂਦੀ ਹੈ ਗਰਮੀ ਹਾਲੇ ਤਾਂ ਹੋਰ ਆਊਗੀ ਮਿੱਤਰਾ ਹਾਲੇ ਤਾਂ ਹੋਰ ਆਊਗੀ ਲਾਓ ਸਾਹਮਣੇ ਇਸ ਵੇਲੇ ਅਗਲੀ ਵਾਰ ਫੇਰ ਮੁੰਡੇ ਨੇ ਪਾਉਣੀ ਹੈ ਤੇ ਦੇਵੀ ਲਾਲ ਨੇ ਸਾਹਮਣੇ ਕਰਨਾ ਲਾ ਵੀ ਦੇਵੀ ਲਾਲ ਇੱਦਾਂ ਨੀ ਗੱਲ ਬਣਦੀ ਛੱਕੇ ਚੌਕੇ ਤਾਂ ਮਿੱਤਰਾਂ ਲਾਉਣੇ ਬਣੇ ਆ ਪਰ ਉਹਨੇ ਤਾਂ ਮੱਥੇ 'ਚ ਮਾਰਨੀ ਸੀ ਇਸ ਵਾਰੀ ਮੱਥੇ 'ਚ ਮਾਰਨੀ ਸੀ ਪਰ ਮੱਥੇ 'ਚ ਮਾਰਨੀ ਸੀ ਲਾਓ ਸਾਹਮਣੇ ਦੋ ਬਾਲਾਂ ਫਰੀ ਹਿੱਟ ਦੇ ਇਸ਼ਾਰੇ ਹੈ ਦੋ ਬਾਲਾਂ ਦੇ ਫਰੀ ਹਿੱਟ ਦੇ ਇਸ਼ਾਰੇ ਹੈ ਇੱਕ ਵਾਧੂ ਬਾਲ ਤੇ ਵਾਧੂ ਰਨ ਵੀ ਜੁੜ ਗਿਆ ਵੀ ਦੋ ਬਾਲ ਦਾ ਛੱਕਾ ਵੱਜਣਾ ਨਾਲ ਦੀ ਗੱਲ ਹੁੰਦੀ ਹੈ ਇੱਥੇ ਮੌਕਾ ਬਣਿਆ ਨੌਜਵਾਨਾਂ ਇੱਥੇ ਮੌਕਾ ਬਣਿਆ ਜੇ ਆਹ ਛੱਕਾ ਨਾ ਵੱਜਿਆ ਫਿਰ ਦੁਨੀਆਂ ਨੇ ਕਹਿਣਾ ਤੂੰ ਡੱਕਾ ਨਹੀਂ ਤੋੜਿਆ ਫਿਰ ਦੁਨੀਆਂ ਨੇ ਕਿਹਾ ਬਿਨਾਂ ਡੱਕਾ ਨਹੀਂ ਤੋੜਿਆ ਲਾਓ ਸਾਹਮਣੇ ਪਹਿਲੀ ਫੁਟਬਾਲ ਤੇ ਪਿੱਛੇ ਖਿਡਾਰੀਆਂ ਫਰੀ ਹਿੱਟ ਦਾ ਇਸ਼ਾਰਾ ਤੇ ਸਾਹਮਣੇ ਦੂਜੀ ਬਾਲ ਗਈ ਪਰ ਇੱਥੇ ਦੇਖਾਂਗੇ ਬਾਈ ਜੀ ਰਨ ਆਊਟ ਮੰਨਿਆ ਜਾਂਦਾ ਗੱਲ ਧਿਆਨ ਰੱਖਿਓ ਫਰੀ ਆਊਟ ਤੇ ਇਕੱਲਾ ਰਨ ਆਊਟ ਹੁੰਦਾ ਪਰ ਇਸ ਵੇਲੇ 2 ਰਨ ਦੇ ਵਾਧੇ ਜਿਹੜੇ ਹੋਣਗੇ ਨੌਜਵਾਨ ਹੈ 2 ਰਨ ਦੇ ਵਾਧੇ ਹੋਣਗੇ ਅਗਲੀ ਬਾਲ ਫੇਰ ਆਨੰਦ ਰਾਜਪੂਤ ਨੇ ਪਾਉਣੀਆਂ ਨਾਂਦੇ ਤਿੱਖੀਆਂ ਬੋਲਾਂ ਪਾਉਣ ਤੇ ਤਿਆਰ ਬਰਤਿਆਰ ਹੈ ਤੇ ਸਾਹਮਣੇ ਵੀ ਕਹਿੰਦੇ ਆਹ ਮੁੰਡਾ ਹੱਥ ਖੋਲੇ ਥੋੜੇ ਜਿਹੇ ਪਰ ਦੇਖਾਂਗੇ ਖੇਡ ਮੈਦਾਨ 'ਚ ਦੇਵੀ ਲਾਲ ਹੈ ਜਿਵੇਂ ਨੱਭਾ ਗਿਆ ਉਸ ਤੋਂ ਬਾਅਦ ਥੋੜੀ ਜਿਹੀ ਪਰਫੋਰਮੈਂਸ ਲਿਓ ਦੂਜੀ ਵੀ ਨਾ ਹੋ ਗਈ ਹੈ ਇੱਕ ਨੂੰ ਹੋਰ ਹੋ ਗਿਆ ਲਾਗੇ ਮੁੰਡੇ ਦਾਇਰੇ 'ਚ ਰਹਿ ਕੇ ਬੋਲਣਾ ਪਾਉਣੀਆਂ ਬਣੀਆਂ ਦਾਇਰੇ 'ਚ ਰਹਿ ਕੇ ਬੋਲਣਾ ਪਾਉਣੀਆਂ ਬਣੀਆਂ ਨੌਜਵਾਨਾਂ ਵੀ ਦਾਇਰੇ 'ਚ ਰਹਿ ਕੇ ਬੋਲਣਾ ਪਾਉਣੀਆਂ ਬਣੀਆਂ ਵੀ ਤਿਆਰੀ ਖਿੱਚੋ ਨੌਜਵਾਨਾਂ ਤਿਆਰੀ ਖਿੱਚ ਇਸ ਵੇਲੇ ਗੱਜਾ ਸਾਹਮਣੇ ਆ ਗਿਆ ਵੀ ਜੇ ਗੱਜਾ ਛੱਕਾ ਮਾਰ ਦੇਣਾ ਮੈਡਮ ਰੂਪੀ ਜੀ ਕਹਿੰਦੇ ਵੀ 200 ਰੁਪਏ ਦੇ ਦਾਂਗੇ ਲੈ ਵੀ ਜੇ ਗੱਜਾ ਛੱਕਾ ਮਾਰ ਦੇਣਾ 200 ਰੁਪਏ ਦੋ ਵੀਮਰਾ ਮਾਰਦੀਆਂ ਬੋਲਰ ਚੇਂਜ ਕਰਾ ਦੋ ਵੀਮਰਾ ਮਾਰਦੀਆਂ ਯਾਰ ਬੋਲਰ ਚੇਂਜ ਕਰਵਾ ਕੇ ਲਾਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਦੱਸਾਂਗੇ ਬਾਈ ਜੀ ਕਿੰਨੇ ਕੈਪਟਨ ਸਾਹਿਬ ਕਹਿਣਗੇ
ਭਾਈ ਕੈਪਟਨ ਸਾਹਿਬ ਹੀ ਅਸੀਂ ਭਾਜੀ ਸੱਚਮ ਬੋਲੇਗਾ ਪਹਿਲਾਂ ਗੱਲ ਹੋਈ ਭਾਈ ਜੀ ਪਹਿਲਾਂ ਆਪਣੀ ਗੱਲ ਹੋਈ ਸੀ ਉਹ ਭਾਈ ਬੋਲੂਗਾ ਤਾਂ ਪਲੇਅਰ ਹੀ ਕੈਪਟਨ ਕਿੱਥੇ ਯਾਰ ਦੱਸ ਬਾਕੀ ਪਲੇਅਰ ਖੇਡਦੇ ਨਹੀਂ ਤਮਕਾਰ ਉਹ ਦੋ ਵੀਮਰਾ ਮਾਰਦੀਆਂ ਉਹਨਾਂ ਨੂੰ ਕੋਈ ਬੰਦਾ ਨਹੀਂ ਬੋਲੂਗਾ ਇਹ ਮੈਚ ਸ਼ੁਰੂ ਹੋਣ ਤੋਂ ਬਾਅਦ ਪਹਿਲਾਂ ਤੁਹਾਨੂੰ ਅਨੀਸ਼ ਭਾਈ ਨੇ ਸਮਝਾਈ ਸੀ ਗੱਲ ਆਪਾਂ ਉਹ ਮੈਂ ਤਾਂ ਆਪਣੇ ਪਲੇਅਰ ਨੂੰ ਕਹਿ ਰਿਹਾ ਹਾਂ ਆਪਾਂ ਉਸ ਗੱਲ ਤੋਂ ਬਚ ਕੇ ਚੱਲਣਾ ਉਸ ਗੱਲ ਦੇ ਮੱਦੇ ਨਜ਼ਰ ਭਾਈ ਦੇਖ ਲਓ ਇਹ ਗੱਲ ਬਹੁਤ ਧਿਆਨ ਰੱਖਣਾ ਵੀਰ ਬਹੁਤ ਧਿਆਨ ਬਸ ਅੰਪਾਇਰ ਵੀਰ ਜਿਹੜਾ ਫਸ ਲੈਣਗੇ ਪ੍ਰਵਾਨ ਹੋਊਗਾ ਬਾਕੀ ਬਾਈ ਜੀ ਕੋਈ ਨਾ ਆਵੇ ਨੇੜੇ ਦੋ ਅੰਪਾਇਰ ਸਿਰਫ ਗੱਲ ਕਰਨਗੇ ਮੈਂ ਬੇਨਤੀ ਕਰਦਾ ਸਿਰਫ ਦੋ ਅੰਪਾਇਰ ਹੌਸਲਾ ਕਰਕੇ ਜਿਹੜਾ ਫੈਸਲਾ ਅੰਪਾਇਰ ਲੈਣਗੇ ਉਹ ਸਭ ਤੋਂ ਪਹਿਲਾਂ ਫਿਰ ਕਮੇਟੀ ਫਿਰ ਸਾਡੇ ਤੱਕ ਚੇਂਜ ਹੈ ਭਾਜੀ ਚੇਂਜ ਬੋਲਰ ਚੇਂਜ ਹੈ ਜੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਬਾਈ ਜੀ ਇੱਕ ਗੱਲ ਮੈਂ ਬੇਨਤੀ ਕਰਦਾ ਬਾਈ ਜੀ ਅੰਪਾਇਰ ਵੀਰ ਨੂੰ ਵੀ ਇੱਕ ਭਰਾ ਬੜੇ ਫੈਸਲਾ ਜਿਹੜਾ ਜਲਦੀ ਨਾਲ ਲੈ ਲਿਆ ਕਰੀਏ ਕਿਉਂਕਿ ਦੋ ਵੀਮਰ ਜਦੋਂ ਵੀ ਸੁੱਧੀਆਂ ਆਉਂਦੀਆਂ ਨਾ ਵੀਰ ਫਿਰ ਬੋਲਰ ਡਿਸਮਿਸ ਕਰ ਦਿੰਦੇ ਨਾਲ ਕਿਉਂਕਿ ਇਹ ਤਾਂ ਸਿਰਫ ਟੈਨਿਸ ਦੀ ਬੋਲ ਆ ਇਹ ਇੰਟਰਨੈਸ਼ਨਲ ਜਿਹੜਾ ਰੂਲ ਬਣਿਆ ਕਿਉਂਕਿ ਬਾਈ ਜੀ ਜਦੋਂ ਅੱਜ ਦੇ ਟਾਈਮ 'ਚ ਕਿਸੇ ਖਿਡਾਰੀ ਦੇ ਸਿਰ 'ਤੇ ਬਾਲ ਲੱਗਦੀ ਆਪਾਂ ਨੂੰ ਪਤਾ ਵੀ ਜਿਹੜੇ ਉਹਨਾਂ ਦੇ ਬੈਂਟਰ ਹੁੰਦੇ ਜਾਂ ਉਹਨਾਂ ਦੇ ਜਿਹੜੇ ਹੈਲਥ ਕੋਚ ਹੁੰਦੇ ਨੇ ਉਹ ਚੈੱਕ ਕਰਨ ਲਈ ਆਉਂਦੇ ਆ ਕਿ ਸਿਰ ਵਿੱਚ ਬੋਲਰ ਪੁੱਜਣ ਵਾਲਾ ਪਿਛਲੇ ਦਿਨ ਆਪਾਂ ਦੇਖਿਆ ਫਲਿਪ ਹਿਊਜ਼ ਦੀ ਜਿਹੜੀ ਮੌਤ ਹੋ ਗਈ ਸੀ ਉਹ ਲੈਦਰ ਦੀ ਬੋਲ ਹੈ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਪੱਕਾ ਰੂਲ ਬਣਾ ਦਿੱਤਾ ਵੀ ਸਿਰ 'ਤੇ ਜਦੋਂ ਬਾਲ ਕੋਈ ਵੀ ਸਿੱਧੀ ਹੁੰਦੀ ਦੋ ਵੀਮਰ ਆਉਂਦੇ ਨਾ ਉੱਥੇ ਬੈਟਸਮੈਨ ਦੀ ਜਾਨ ਨੂੰ ਖਤਰਾ ਹੈ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਰੂਲ ਬਣਾ ਦਿੱਤਾ ਵੀ ਦੋ ਬੋਲਾਂ ਸਿੱਧੀਆਂ ਆਉਂਦੀਆਂ ਨਾ ਸਿਰ ਦੇ ਗੋਲ ਦੇ ਉਹ ਦੋ ਹੋਣਗੀਆਂ ਬਾਈ ਬਸ ਇਹ ਲੱਕ ਦੇ ਉੱਤੇ ਹੁੰਦੀਆਂ ਨੇ ਜਿਹੜੀ ਉਹ ਵੀਮਰ ਵੱਲੀ ਆਉਂਦੀ ਆ ਉਹ ਖਤਰਾ ਸਿਹਤ ਲਈ ਖਤਰਾ ਉਹ ਲੱਗ ਸਕਦੀ ਬੋਲ ਇਸ ਲਈ ਟੈਨਿਸ ਦੀ ਬਾਲ ਦੇ ਵਿੱਚ ਵੀ ਇਹ ਰੂਲ ਜਿਹੜਾ ਬਣਾ ਦਿੱਤਾ ਗਿਆ ਇੱਕ ਵਧੀਆ ਸੋਚਾਂ ਵਾਲੀ ਬਾਲ ਪਾਉਣ ਲਈ ਗੋਲੂ ਤਿਆਰ ਵਰਤਿਆ ਇੱਕ ਸੋਹਣੀ ਬਾਲ ਜਿਹੜੀ ਮੁੰਡੇ ਨੇ ਆਪਣੀ ਟੀਮ ਲਈ ਪਾ ਦਿੱਤੀ ਪਰ ਇੱਕ ਰਨ ਦੇ ਜਿਹੜੇ ਵਾਧੇ ਯਕੀਨਨ ਤੌਰ ਤੇ ਹੋਣਗੇ ਮਿੱਤਰਾ ਇੱਕ ਰਨ ਮੁੰਡੇ ਨੇ ਆਪਣੀ ਟੀਮ ਲਈ ਗੰਜੇ ਨੇ ਜੋੜ ਦਿੱਤਾ ਮੈਂ ਵੀ ਗੰਜਿਆ ਅੱਜ ਮੌਕਾ ਤੇਰੇ ਕੋਲੇ ਅੱਜ ਤੇਰੇ ਕੋਲ ਮੌਕਾ ਬਹੁਤ ਆ ਫਾਈਨਲ ਮੈਚ ਆ ਬੜਾ ਤਕੜਾ ਮੈਚ ਆ ਸਿਰੇ ਦਾ ਮੈਚ ਆ ਟੱਕਰ ਪੂਰੀ ਸਿਰੇ ਦੀ ਹੈ ਅੱਜ ਰਨ ਬਣਾਉਣੇ ਪੈਣੇ ਮਿੱਤਰਾ ਜ਼ਰੂਰਤਾਂ ਬੜੀ ਜ਼ਰੂਰਤਾਂ ਟੀਮ ਨੂੰ ਮੇਰੇ ਜੇ ਤੂੰ ਅੱਜ ਸਕੋਰ ਮਾਰਦਾ ਫਿਰ ਰਾਜ ਭੱਜ ਨੇ ਆਪਣੇ ਆਪ ਵੱਡੇ ਸਨਮਾਨ ਕਰ ਦੇਣੇ ਆ ਰੂਪੀ ਮੈਡਮ ਜੀ ਵੀ ਆਇਆ ਉਹਨਾਂ ਦਾ ਵੀ ਸਨਮਾਨ ਕਰਦੇ ਆ ਪਰ ਇਸ ਵੇਲੇ ਪਹਿਲੀ ਬਾਲ ਮੈਨੂੰ ਲੱਗਦਾ ਇਹਨੇ ਵੀ ਦੋ ਮਾਰ ਦਿੱਤੀ ਹੈ ਦੋ ਵਾਲਾ ਦੋ ਵਾਲਾ ਦੋ ਵਾਲਾ ਬਾਲ ਦੋ ਵਾ ਫਰੀਅਟ ਦੇ ਇਸ਼ਾਰੇ ਜਿਹੜੇ ਜ਼ਰੂਰ ਹੋਣਗੇ ਇੱਕ ਬਾਊਂਸ ਆ ਜੀ ਦੂਜੀ ਇਹ ਬਾਊਂਸ ਮਾਰਦਾ ਸਿੱਧੀ ਵੀਮਰ ਮਾਰਦਾ ਇਹ
वह भी नो मनी जाए कोई फिर तीजा बॉलर यह गल टगाने वाली गलत जरूर याद रखने वाली है एक रूल है जोड़ा बॉलर दो बॉलर सीधी मार देना वो चेंज होता इस वे दिशुदाल वाइड हजे फ्री हिट फिर जा रही है फ्री हिट फिर जा रही है वाइड द बॉल बॉल फिर फ्री हिट दी है ये लाओ सामने कहते खेत मैदान में बॉलर पाउन की त्याग त्यार गोलू फैबोवाल की धरती का क्या गोलू पट्टा मार कि जसपाल भाजी उन्होंने इदा की गलती नहीं करनी मित्रा इदा की गलती नहीं करनी तो गलती जी होंगी ना बाद फिर उन्होंने पछतावना पै जाता है किस्मत लकी है बहुत लकी है लकी बहुत ओवर की समाप्ति दसी मेरे किन्ने रन है चार ओवर 43 हो गए जी चार ओवर 43 हो गए हैं चार ओवर 43 रन हो गए नोट कर लो जी 43 रन है और इस वे खेड के मैदान चार ओवर का खेल समाप्त है दो ओवर बाकी है अगला ओवर किने पाना एक दूजे को गल करके पूछते हैं लाओ सामने कहते किने पाना ओवर इस वे सामने पता लग जाता थोड़े समय में मैच बड़ा सिरे का है सिरे की टक्कर है दोनों टीमों दरमियान मेला भार जो बढ़ता है जवानी उड़जू करती है पिछड़ी जवानी तेज चंद चढ़िया कदे ना कुछ रेंदे हुसन हटा तो मुल नहीं बढ़ते ये दुनिया वाले कहते कि सच सियाने बोल गए रब च ही सच्चाई जापे तीन रंग नहीं लभने बीबा हुसन जवानी ते मापे कि तीन रंग नहीं लभने बीबा हुसन जवानी ते मापे अगली बार प्रिंस की होगी तो सामने देवी लाल है कैची खेदार खिडारी पिछे है नौजवाना मौका बनया कैच ते सामने मोड़ दिता देवी लाल भी मोड़ दिता है देवी लाल वड्डी विकेट का पतन मुंडे ने कर दिता है और चलता कर दिता बेबी वड्डी विकेट मुंडे ने इतनी चल कढ़ दिती है पिके लगा के चिप कट के कीती ठोक के तसली वाली झट मित्र कि राजे खेले अत का भी सिरा हो गया झड़गी शरीर नाल कट मित्र कि राजे खेले अत का भी सिरा हो गया झड़गी शरीर नाल कट मित्र हरप्रीत आएगा आ गया अगला बल्लेबाज पर इस वे सामने गंजा बेबीओ कभी गंजिया मौका बहुत बड़ा है पर बाला जी मुंडा प्रिंस है सोहनिया पा गया सोहनिया पा गया इस वे सिरे की बाल अगली बाल पाने मुंडा फिर त्यार बर त्यार जसपाल भाजी की टीम है तो मुंडे ने कहीं सोहनी ट्राई किए पर इस वे गंजे ने चार जोड़ दिए गंजे ने चार जोड़ते मा आओ गंजे कि गिदड़ी दिखती है जन्म गिदड़ा नो शेर नहीं करती है एक शेर कहता जी जमीन चो गिल वाली उत्ते होंगी है फसल ढेर पैदा जेड़े मापिया ने की होते घर उत्त फसे उन्होंने घर होंगे एक कुत्त पलेर पैदा लाओ सामने गंजे का सामना करना रूपी मैडम कहते भी जे गंजा छक्का मारदा 200 दे देंगे भी जे छक्का मारदा 200 पर जे प्रिंसिपल कर देना मेन भाजी कहते असं भी 200 दे देंगे 300 हो गया भाई जी नाल जसपाल भाजी ने 100 खड़ा कर दिता है कि 300 की विकेट 200 का छक्का 35 पिछे नंद पर चार चौका चौका बड़ा गोली शॉट है बड़ी स्पीड के नाल छक्का निकला मित्रा आज छक्का कहते बड़ी चौका बड़ी स्पीड ना निकलिया मेरे भी नंद बा चार बाटरों पार दुनिया कहती है फिर नंद चार बाटरों पार दुनिया कहती है और उस वे चार आते वादे गंजे ने कर दिया है कि गंजिया खिच तैयारी नौजवाना कि तेरा पेचा पै गया पेचा पै गया प्रिंस के नाल और कहते सामने खेल मैदान में पैदी शुभाल के करने इशारे नो हो गया नो हो गया नो हो गया इन्हों का जेड़ा भी आता मत्थे ज मारन की करता है भी जेड़ा भी आता मत्थे ज मारन की करता है भी नौजवाना इदा गल नहीं बननी इदा गल नहीं बननी भी जिम्मे मिस पूजा कहते ना गीतों में भी मेरे नचदी के पैरों में नील पै गया तू कहना गल नहीं बनी फिर गल नहीं मानी तुम ध्यान रखी मेरे वीरो और इस वे अगली बार फ्री हिट के इशारे है हरप्रीत ने सामना करना मैं भी नौजवाना पहली बॉल से मौका बनया मौका जोड़ा बनया यह मौका बार बार नहीं आता जिम्मे मार के गीतों में गल्ला करता ना दुश्मन नाल कदे पंगा लीए मुड़के ना कदे ढिले पईए नक में दम करके रहीए एवं कोई न्योता नहीं एक बार यार लंघे वेला मुड़ के हथे आता नहीं एक बार यार लंघे वेला मुड़ के फिर कदे हथे आता नहीं सो बाकी कहते मौका नहीं बनता फिर 365 दिन बाद सिर्फ वह गल नहीं बनती इस वे पैंती हुदार पिछे गोलू है उन्हें हरप्रीत की मोड़ता उन्हें हरप्रीत की मोड़ता वड्डे विकेट का पत्थर लाओ सामने कहते खेल मैदान में मैनू लगता राजभाजी अच्छे थोड़ी पूरी टीम खेडू मैनू लगता अच्छे थोड़ी पूरी टीम खेडू जो कहते राजभाजी हमने खेल एक गल कहते भी दूजी टीम के सारे खिलाड़ियों ने मौका मिलता मैनू लगता जो राजभाजी थोड़ी टीम को पूरा मौका फड़ू अच्छे सारी थोड़ी टीम का मौका फड़ू गल उधर नू आ गई गल कम के उधर नू आ गई
ਵਾਕੀ ਵਾਕੀ ਸਹੀ ਗੱਲ ਆ ਜੀ ਸਹੀ ਗੱਲ ਆ ਸਵੇਰ ਦੇ ਜਿਨ੍ਹਾਂ ਨੇ ਬੈਟਿੰਗ ਕਿਹਨਾਂ ਕੀਤੀ ਅੱਜ ਉਹਨਾਂ ਦਾ ਵੀ ਮੌਕਾ ਆ ਗਿਆ ਇਹ ਗੱਲ ਪੱਕੀ ਹੈ ਰਾਜ ਭਾਜੀ ਕਹਿੰਦੇ ਸਾਰਿਆਂ ਨੂੰ ਮੌਕਾ ਦੇਣਾ ਵਧੀਆ ਗੱਲ ਆ ਚੰਗੀ ਸੋਚ ਹੈ ਸਾਰਿਆਂ ਨੂੰ ਮੌਕਾ ਮਿਲਣਾ ਪੰਜ ਓਵਰ ਤੇ ਦੱਸੀਏ ਬਾਈ ਜੀ ਕਿੰਨੇ ਰਨ ਹੈ 54 ਰਨ ਹੈ ਪੰਜ ਓਵਰ ਤੇ 54 ਰਨ ਹੈ ਇੱਕ ਵਧੀਆ ਟਾਰਗੇਟ ਸੈੱਟ ਕਰਨ ਦੀ ਸੋਚ ਦੇ ਵਿੱਚ ਨੌਜਵਾਨ ਖਿਡਾਰੀਆਂ ਮਿੱਤਰ ਪਰ ਰਨ ਜਿਹੜੇ ਮੈਨੂੰ ਲੱਗਦੇ ਵੀ 70 ਤੋਂ 80 ਰਨ ਚਾਹੀਦੇ ਆ ਘੱਟੋ ਘੱਟ ਵੀ ਜੇ ਮੈਚ ਵਿੱਚ ਬਣੇ ਜਾਣਾ ਨਾ ਮੈਚ ਜਿੱਤਣਾ ਮਿੱਤਰਾ 70 ਤੋਂ 80 ਰਨ ਚਾਹੀਦੇ ਆ ਕਿਉਂਕਿ ਦੂਜੇ ਪਾਸੇ ਵੀ ਖਿਡਾਰੀ ਜਿਹੜੇ ਬੜੇ ਤਕੜੇ ਆ ਔਰ ਕਹਿੰਦੇ ਅੱਜ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਫਾਈਨਲ ਮੁਕਾਬਲਾ ਸਿਰੇ ਦੀ ਟੱਕਰ ਦੋਨਾਂ ਟੀਮਾਂ ਦਰਮਿਆਨ ਜਿਹੜੀ ਖੇਡੀ ਜਾ ਰਹੀ ਹੈ ਵੀ ਖੇਡ ਦੇ ਮੈਦਾਨ ਵਿੱਚ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਤਾੜੀਆਂ ਮਾਰਦੇ ਆ ਨਾਲੇ ਗੱਲਾਂ ਕਰਦੇ ਆ ਵੀ ਟੀਮਾਂ ਯਾਰ ਦੋਨੋਂ ਚੰਗੀਆਂ ਵੀ ਟੀਮਾਂ ਯਾਰ ਦੋਨੋਂ ਚੰਗੀਆਂ ਸੋ ਟੀਮਾਂ ਵਾਕਈ ਦੋਨੋਂ ਚੰਗੀਆਂ ਮੈਨੂੰ ਲੱਗਦਾ ਵੀ ਕਰਨ ਦੀ ਓਵਰ ਦੀ ਸ਼ੁਰੂਆਤ ਕਰਨੀ ਹੈ ਆਖਰੀ ਓਵਰ ਪਾਉਣ ਲਈ ਕਰਨ ਸਾਹਮਣੇ ਆ ਗਿਆ ਕਦੇ ਅਰਜੁਨ ਦੀਆਂ ਗੱਲਾਂ ਹੁੰਦੀਆਂ ਪਰ ਇਹ ਕਰਨ ਆਵੇ ਵੀ ਸਾਹਮਣੇ ਬੰਦਾ ਪਾਉਣ ਦੀ ਤਿਆਰ ਵਰਤਿਆਰ ਤੇ ਸਾਹਮਣੇ ਗੱਜਾ ਕਦੀ ਫਿਬਾਲ ਤੇ ਟਰਾਈ ਕਰਦਾ ਮੁੰਡਾ ਤੇ ਰਨ ਜਿਹੜਾ ਇੱਕ ਯਕੀਨਨ ਤੌਰ ਤੇ ਹੋਵੇਗਾ ਨੌਜਵਾਨ ਇੱਕ ਰਨ ਦੇ ਵਾਧੇ ਮੁੰਡੇ ਨੇ ਆਪਣੀ ਟੀਮ ਲਈ ਜੋੜ ਦਿਆ ਤੇ ਪਿੱਛੇ ਕਹਿੰਦੇ ਕਸ਼ਿਸ਼ ਆ ਪਰ ਦੂਜਾ ਰਨ ਜਿਹੜੇ ਰੋਕਣ ਲੈਣ ਨੂੰ ਕੋਈ ਨਹੀਂ ਰੋਕ ਸਕਦਾ ਮੁੰਡੇ ਨੇ ਦੋ ਰਨ ਆਪਣੀ ਟੀਮ ਲਈ ਜੋੜ ਦਿੰਦੇ ਆ ਵਾਹ ਗੱਜਾ ਬੜੀ ਦਿਮਾਗ ਦੀ ਖੇਡ ਖੇਡਦਾ ਬੜੀ ਦਿਮਾਗ ਦੀ ਖੇਡ ਆ ਵੀ ਗੱਲੀ ਬਾਤੀ ਕਦੇ ਨਾ ਅਡਾਉਣ ਫੱਕੀਆਂ ਕਿ ਪੜਦਾ ਹੈ ਜਿੰਨਾ ਦੇ ਸਰਦਾਰ ਗੱਲ ਦੇ ਕਿ ਟਾਈਟ ਨਾਲ ਜਿੰਨਾ ਦੇ ਦਾਗ ਲੈਂਦੇ ਨਾ ਪਾਰਲੇ ਜੀ ਖਾਂਦੇ ਨਾ ਕਦੇ ਦਿਮਾਗ ਚੱਲਦੇ ਤੇ ਪਾਰਲੇ ਜੀ ਖਾਂਦੇ ਨਾ ਕਦੇ ਦਿਮਾਗ ਚੱਲਦੇ ਸੋ ਦਿਮਾਗ ਦਿਮਾਗ ਮੇਰੇ ਵੀਰ ਲਾਉਣਾ ਪੈਂਦਾ ਲਾਉਣਾ ਪੈਂਦਾ ਲਾਉਣਾ ਪੈਂਦਾ ਤੇ ਦੁਨੀਆਂ ਕਹਿੰਦੀ ਹੈ ਨਾ ਵੀ ਅਗਲ ਆ ਜਿਹੜੀ ਉਹ ਬਦਾਮ ਖਾਣੀ ਧੱਕੇ ਖਾਣ ਬਣਾਉਂਦੀ ਹੈ ਐਨ ਠੋਕਰਾ ਖਾ ਖਾ ਕੇ ਠੋਕਰਾ ਖਾ ਖਾ ਕੇ ਗੱਲ ਆਉਂਦੀ ਹੈ ਵੀ ਜ਼ਿੰਦਗੀ ਵਿੱਚ ਜੇ ਕੁਛ ਬਣਨਾ ਹੋਵੇ ਨਾ ਬਣ ਨੂੰ ਮਾਰਨਾ ਪੈਂਦਾ ਗੱਲ ਸੱਚੀ ਹੈ ਵੀ ਜ਼ਿੰਦਗੀ ਵਿੱਚ ਕੁਛ ਬਣਨਾ ਹੋਵੇ ਨਾ ਬਣ ਨੂੰ ਮਾਰਨਾ ਪੈਂਦਾ ਹੈ ਲਾਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਵਿੱਚ ਪਾਉਣ ਲਈ ਮੁੰਡਾ ਤਿਆਰ ਵਰਤਿਆਰ ਦੇ ਸਾਹਮਣੇ ਗੰਜਾ ਮੇਰੇ ਵੀ ਇਸ ਵੇਲੇ ਸੋਹਣੀ ਬਾਲ ਪਰ ਵਾਈਡ ਬਾਲ ਵਾਈਡ ਬੋਲ ਆ ਵਾਈਡ ਬੋਲ ਆ ਕਿ ਬਹੁਤੇ ਕੱਟਦੇ ਨੀ ਦਿਨ ਲਾਰੇ ਜ਼ਿੰਦਗੀ ਨੂੰ ਲਾ ਕੇ ਉਹਦੇ ਬਰਫਾਂ ਬਣਾਉਂਦੇ ਹੱਥ ਬਲਦੀ ਚ ਪਾ ਕੇ ਕਈ ਗੱਲੀ ਬਾਤੀ ਫੱਕੀਆਂ ਖਡਾਉਂਦੇ ਹੁੰਦੇ ਨੇ ਗਿੱਲ ਰੋਂਦੇ ਬੰਦੇ ਟਾਵੇ ਟਾਵੇ ਲੇਖਾਂ ਨੂੰ ਫਰਾਉਂਦੇ ਹੁੰਦੇ ਨੇ ਕਿ ਗਿੱਲ ਰੋਂਦੇ ਆ ਬੰਦੇ ਕੋਈ ਕੋਈ ਲੇਖਾਂ ਨੂੰ ਫਰਾਉਂਦੇ ਹੁੰਦੇ ਨੇ ਇਸ ਵੇਲੇ ਗੰਜੇ ਨੇ ਟਰਾਈ ਕੀਤੀ ਆ ਤੇ ਮੈਨੂੰ ਲੱਗਦਾ ਵੀ 6 ਰਨ ਜੋੜ ਗਿਆ ਉਹ ਕਹਿੰਦਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਪਰ ਉੱਥੇ 6 ਰਨ ਦੇ ਜੋ ਵਾਧੇ ਨੇ ਮੁੰਡੇ ਨੇ ਆਪਣੀ ਟੀਮ ਲਈ ਕਰ ਦਿੰਦੇ ਆ ਉਹਨੇ ਐਨ ਛਿੱਕਾ ਜਿਹੜਾ ਚੋਟੀ ਦਾ ਮਾਰ ਦਿੱਤਾ ਲੈ ਵੀ ਕਰਨ ਤਕੜੀਆਂ ਬੋਲਾਂ ਪਾਉਣੇ ਬਣੇ ਮਿੱਤਰ ਰਹਿੰਦੀਆਂ ਬੋਲਾਂ ਤਕੜੀਆਂ ਪਾਉਣੇ ਬਣੀਆਂ ਬੋਲਾਂ ਜਿਹੜੀਆਂ ਰਹਿੰਦੀਆਂ ਤਕੜੀਆਂ ਪਾਉਣੇ ਬਣੀਆਂ ਆਖਰੀ ਉਹ ਸਾਹਮਣੇ ਬੱਲੇ 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 ਉਹਨੇ 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 ਗੱਜਾ ਵੀ ਤੋੜਦਾ ਉਹਨੇ ਉਹਨੇ ਫਿਰਕੀ ਚ ਫਸਾ ਲਿਆ ਗੱਜੇ ਨੂੰ ਫਿਰਕੀ ਚ ਫਸਾ ਲਿਆ ਵੱਡੀ ਵਿਕਟ ਦਾ ਪੰਨਰ ਤੇ ਗੱਜਾ ਵਾਪਸ ਮੋੜ ਦਿੰਦਾ ਗੱਜਾ ਵਾਪਸ ਮੋੜ ਤੇ ਦੱਸੀ ਬਈ ਕਿੰਨੇ ਬੰਦਾ ਰਹਿ ਗਏ ਇਸ ਓਵਰ ਦੀਆਂ ਦੋ ਬੋਲਾਂ ਰਹਿ ਗਈਆਂ ਦੋ ਬੋਲਾਂ ਰਹਿ ਗਈਆਂ ਇਨਿੰਗ ਦੀਆਂ ਦੋ ਬੋਲਾਂ ਰਹਿ ਗਈਆਂ ਪਰ ਇੱਕ ਵਾਰੀ ਇਹ ਗੱਜੇ ਦੇ ਨਾਮ ਤੇ ਤਾੜੀ ਮਾਰ ਦੋ ਵਧੀਆ ਖੇਡ ਪ੍ਰਦਰਸ਼ਨ ਕੀਤਾ ਗੱਜੇ ਨੇ ਵਾਹ ਗੱਜੇ ਆ ਇਹ ਸੋਹਣੀ ਜਿਹੜੀ ਖੇਡ ਮੁੰਡੇ ਨੇ ਦਿਖਾਈ ਹੈ ਜਿਹਦੀ ਬਦੌਲਤ ਟੀਮ ਇੱਥੇ ਤੱਕ ਚੱਲ ਕੇ ਆਈ ਹੈ ਬਹੁਤ ਵੱਡੀ ਖੇਡ ਜਿਹੜੀ ਮੁੰਡੇ ਨੇ ਪਿਛਲੇ ਮੈਚਾਂ ਦਿਖਾਈ ਹੈ ਇਸ ਵੇਲੇ ਗੱਜਾ ਵੀ ਆਊਟ ਹੋ ਗਿਆ ਮੈਨੂੰ ਲੱਗਦਾ ਵੀ 6 ਆ ਗਿਆ ਸਾਹਮਣੇ ਇਸ ਵੇਲੇ ਨੌਜਵਾਨ ਗੱਭਰੂ ਜਿਹੜਾ ਸਾਹਮਣਾ ਕਰਕੇ ਕਰਨ ਦੀ ਬਾਲ ਹੋ ਗਈ ਰਹਿੰਦੀਆਂ ਦੋ ਬੋਲਾਂ ਮਿੱਤਰਾਂ ਬਾਰਡਰ ਪਾਰਟ ਬੋਲੀਆਂ ਬਣੀਆਂ ਰਹਿੰਦੀਆਂ ਦੋ ਬੋਲਾਂ ਬਾਰਡਰ ਪਾਰਟ ਬਣੇ ਬਣੇ ਪਰ ਸੋਹਣੀ ਬਾਲ ਇੱਕ ਬਾਲ ਰਹਿ ਗਈ ਹੁਣ ਇਨਿੰਗ ਦੀ ਇੱਕ ਬਾਲ ਰਹਿ ਗਈ ਆ ਹੁਣ ਪਤਾ ਲੱਗਦਾ ਵੀ ਟਾਰਗੇਟ ਕਿੱਥੇ ਪਹੁੰਚਿਆ ਵੀ ਹੁਣ ਪਤਾ ਲੱਗਦਾ ਟਾਰਗੇਟ ਜਿਹੜਾ ਕਿੱਥੇ ਪਹੁੰਚ ਚੁੱਕਿਆ ਹੁਣ ਪਤਾ ਲੱਗ ਜਾਣਾ ਲਾਓ ਇੱਕ ਬਾਲ ਬਾਕੀ ਹੈ ਇੱਕ ਬਾਲ ਬਾਕੀ ਤੇ ਮੁੰਡਾ ਸਾਹਮਣੇ ਕਹਿੰਦੇ ਅਭਿਸ਼ੇਕ ਸਾਹਮਣਾ ਕਰਦਾ ਪੈਂਦੀ ਬਾਲ ਤੇ ਅਭਿਸ਼ੇਕ ਨੇ ਸੁਪਨੇ ਟਰਾਈ ਕੀਤੀ ਹੈ ਔਰ ਇਸ ਵੇਲੇ ਨੌਜਵਾਨ ਧੰਨਵਾਦ ਭਾਜੀ ਜੀ ਸਾਡੇ ਵੀ ਪੁੱਜੇ ਆ ਹਨੀ ਭਾਜੀ ਵੀ ਨਾਲ ਜਿੰਨੇ ਸਾਡੇ ਭਰਾ ਪੁੱਜੇ ਬਹੁਤ ਵੱਡਾ ਧੰਨਵਾਦ ਤੁਸੀਂ ਪਹੁੰਚਣ ਤੇ ਕਿੰਨੇ ਰਨ ਵੀ ਇੱਕ ਰਨ ਆਇਆ ਪਿੱਛੇ 64 ਬਣ ਗਿਆ ਤੇ 63 ਦਾ ਟਾਰਗੇਟ ਹੈ ਦੋ ਰਨ ਜੀ ਤੇ ਹਰਪਾਲ ਕਲਾ ਜਸਪਾਲ ਜੀ ਦੀ ਟੀਮ ਦੇ ਵਿਚਕਾਰ ਹੋ ਰਿਹਾ 66 ਰਨ ਦਾ ਟਾਰਗੇਟ ਹੈ ਬਹੁਤ ਵੱਡਾ ਸ਼ੋਟ ਜੋ ਕਿ 4 ਰਨ ਬਾਉਂਡਰੀ ਦੇ ਨਾਲ ਮੈਂ ਤੁਹਾਡੇ ਨਾਲ ਹੁਣ ਬੋਲਿੰਗ ਦੇ ਉੱਤੇ 90 ਸੱਤੋਵਾਲ ਜੋ ਕਿ ਮੰਨਿਆ ਪਰ ਮੰਨਿਆ ਪਲੇਅਰ ਹੈ ਇਸ ਕ੍ਰਿਕਟ ਜਗਤ ਦਾ
ਤੇ ਬੋਲ ਫੇਸ ਕਰ ਰਹੇ ਆ ਇੱਕ ਓਵਰ ਦਾ 8 ਰਨ ਨੰਬਰ ਜੀ 8 ਰਨ ਇੱਕ ਓਵਰ ਸਾਹਮਣੇ ਨੱਪਾ ਸੁੱਤੋ ਵਾਲ ਦੀ ਧਰਤੀ ਦਾ ਜਿਹੜਾ ਬੋਲਾ ਪਾਵੇਗਾ ਆ ਮੁੰਡਾ ਗੋਲੂ ਹੱਬੋਵਾਲ ਦੀ ਧਰਤੀ ਦਾ ਜਿਹੜਾ ਸਾਹਮਣੇ ਕਰੇ ਸਾਹਮਣੇ ਕਰਨ ਲਈ ਤਿਆਰ ਵਰ ਤਿਆਰ ਹੋਣਾ ਅੰਡਰ ਦੇ ਕੱਪਾਂ ਤੇ ਪੂਰੀ ਚੜ੍ਹਾਈ ਆ ਭਾਜੀ ਮੁੰਡੇ ਦੀ ਹਾਲੇ 20-20 ਸਾਲ ਦੀ ਉਮਰ ਦੋਨੇ ਜਿਹੜੇ ਮੁੰਡੇ ਸਾਹਮਣੇ ਨਾ ਇੱਧਰ ਦੀ ਉਮਰ 20-20 ਸਾਲ ਦੀ ਹੈ ਚੜ੍ਹਾਈ ਪੂਰੀ ਹੈ ਇਹਨਾਂ ਦੀ ਔਰ ਖੇਡ ਦੇ ਮੈਦਾਨਾਂ ਵਿੱਚ ਕਹਿੰਦੇ ਸਾਹਮਣੇ ਇਸ ਵੇਲੇ ਨੱਪਾ ਸੁੱਤੋ ਵਾਲ ਧਰਤੀ ਤੇ ਗੋਲੂ ਦੀ ਬਾਲ ਗੋਲੂ ਸਾਹਮਣੇ ਕਰੇਗਾ ਪੈਰਾਂ ਦੇ ਇਸ਼ਾਰੇ ਦੀ ਟੱਚ ਆ ਵੀ ਟੱਚ ਹੈ ਜਿਹੜੀ ਬਾਲ ਡਾਊਟ ਮੰਨੀ ਗਈ ਨਾ ਇਸ ਵੇਲੇ ਨੱਪੇ ਦੀ ਬਾਲ ਹੋਵੇਗੀ ਨੱਪਾ ਸਿੱਖ ਸਰਦਾਰ ਗੱਭਰੂ ਸਾਹਮਣੇ ਬੋਲਾਂ ਪਾਉਣ ਲਈ ਤਿਆਰ ਵਰ ਤਿਆਰ ਹੈ ਵਾਈਡ ਵਾਲੀ ਵਾਈਡ ਬਾਲ ਹੈ ਜੀ ਪਿੱਤਰਾ ਇੱਕ ਬਾਧੂ ਰਨ ਜੋੜਦੀ ਬਾਧੂ ਰਨ ਜੋੜਦੀ ਵਾਈਡ ਬਾਲ ਹੈ ਵਾਈਡ ਬਾਲ ਹੈ ਲਾਊ ਸੱਪਾ ਨੱਪਾ ਸੱਤੋਵਾਲ ਦੀ ਧਰਤੀ ਦਾ ਹੈ ਜਿਹੜਾ ਬੋਲਾ ਪਾਉਣ ਲਈ ਤਿਆਰ ਵਰ ਤਿਆਰ ਹੋ ਗਈ ਉਸ ਵੇਲੇ ਖੇਡਿਆ ਸ਼ਾਟ ਤੇ ਬੱਲੇ ਬੱਲੇ ਕਰਵਾ ਦਿੱਤੀ ਹੈ ਕਪਤਾਨਾਂ ਦੇ ਇਸ਼ਾਰੇ ਦੀ ਸ਼ੇਰ ਆਉਣਾ ਇਹ ਗੋਲੂ ਹੈਬੋਵਾਲ ਦੀ ਧਰਤੀ ਦਾ ਵਿਨੋਦ ਅਖਤਰ ਕਹਿੰਦੇ ਹੈਬੋਵਾਲ ਵਾਲਾ ਆਹ ਮੁੰਡੇ ਤੋਂ ਵੱਡਾ ਮਾਰ ਕਰਦਾ ਵਿਨੋਦ ਅਖਤਰ ਨੇ ਕਹਿੰਦੇ ਜਿਹੜੀ ਪੰਜਾਬ ਲਈ ਰਣਜੀ ਖੇਡੀ ਹੈ ਕਿ ਜਦੋਂ ਕਹਿੰਦੇ ਚਾਰ ਖਿਡਾਰੀ ਚੁਣਦੇ ਸੀ ਨਾ ਪੰਜਾਬ ਦੇ ਟੀਮ ਚ ਲੁਧਿਆਣੇ ਵਿੱਚ ਪੀਏਯੂ ਦੇ ਕੈਂਪ ਲੱਗਦੇ ਸੀ ਉੱਥੇ 134 ਪਲੇਅਰ ਪਹੁੰਚੇ ਸੀ ਉਹਨਾਂ ਚੋਂ ਚਾਰ ਖਿਡਾਰੀ ਚੁਣੇ ਗਏ ਸੀ ਜਿੱਦਾਂ ਤੋਂ ਵਿਨੋਦ ਅਖਤਰ ਚੁਣਿਆ ਗਿਆ ਸੀ ਉਹਨੇ ਦਿਨੇਸ਼ ਮੁੰਗੇ ਯੁਵਰਾਜ ਸਿੰਘ ਉਹਨਾਂ ਦੇ ਨਾਲ ਪੰਜਾਬ ਦੀ ਰਣਜੀ ਖੇਡੀ ਹੈ ਉਹਦਾ ਚਹੇਤਾ ਖਿਡਾਰੀ ਹੈ ਔਰ ਸਾਹਮਣੇ ਗੋਲੂ ਸਾਹਮੋਲ ਦੱਸਿਆ ਬਾਲਾਂ ਦਾ ਸਾਹਮਣਾ ਕਰੇਗਾ 35 ਬਾਲ ਤੇ 4 ਇੱਕ ਚੌਕਾ ਹੋਰ ਮੁੰਡੇ ਨੇ ਮਾਰ ਦਿੱਤਾ ਕਿ ਮਿੱਤਰਾਂ ਨੇ ਠੇਕਾ ਲੈ ਲਿਆ ਤੇਰੇ ਕਾਲਜ ਦੀ ਕੰਟੀਨ ਦਾ ਮਿੱਤਰਾਂ ਨੇ ਠੇਕਾ ਲੈ ਲਿਆ ਤੇਰੇ ਕਾਲਜ ਦੀ ਕੰਟੀਨ ਦਾ ਕਾਲਜ ਵਿੱਚ ਮਾਰ ਦਿੱਤੀ ਹੈ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਕਿਹਨੂੰ ਦੁੱਖ ਸਾਡੀ ਬੱਲੇ ਬੱਲੇ ਦਾ ਕਾਰਨਾ ਇੱਜੜੇ ਅੱਜ ਕੱਲੇ ਕੱਲੇ ਦਾ ਕਿਹਨੂੰ ਦੁੱਖ ਸਾਡੀ ਬੱਲੇ ਬੱਲੇ ਦਾ ਕਾਰਨਾ ਇੱਜੜੇ ਅੱਜ ਕੱਲੇ ਕੱਲੇ ਦਾ ਕਹਿੰਦੀ ਫੁੱਟਬਾਲ ਇਸ ਵੇਲੇ ਵਾਈਡ ਵਾਲਾ ਕੱਢਿਆ ਵਾਈਡ ਵਾਲਾ ਪਾਸੇ ਦਾ ਭੱਜ ਪਾਸੇ ਦਾ ਭੱਜ ਵੱਜਣਾ ਤੇ ਸਿੱਕ ਵਿੱਚ ਵੱਜ ਵੱਜਣਾ ਤੇ ਸਿੱਕ ਵਿੱਚ ਵੱਜ ਸਾਹਮਣੇ ਕਹਿੰਦੇ ਗੋਲੂ ਹੈਬੋ ਵਾਲੀਆਂ ਇਹ ਮੁੰਡੇ ਦੀ ਬੜੀ ਚੜ੍ਹਾਈ ਅੱਜ ਕੱਲ੍ਹ ਅੰਡਰ ਦੇ ਕੱਪਾਂ ਨੇ ਬੜੀ ਤੂਤੀ ਬੋਲ ਗਿਆ ਦੂਜੇ ਪਾਸੇ ਨਾਂਦਾ ਹੈ ਦੂਜਾ ਇਹਨਾਂ ਨੇ ਕਹਿੰਦੇ ਬੜਿਆਂ ਦੇ ਕੋਲ ਗੋਡੇ ਚੱਕੀਤੇ ਆ ਇਹਨਾਂ ਨੇ ਕਹਿੰਦੇ ਛੋਟੀ ਉਮਰ ਚ ਬੜੇ ਬੜੇ ਵੱਡੀਆਂ ਮੱਲਾਂ ਮਾਰੀਆਂ ਕਿ ਉਮਰਾਂ ਨੇ ਛੋਟੀਆਂ ਦੇ ਕਾਰਨਾਮੇ ਵੱਡੇ ਨੇ ਕਹਿੰਦੇ ਤੇ ਹੁਣ ਕਹਿੰਦੇ ਪਹਿਲੀਆਂ ਜਗਾਡੇ ਨੇ ਪਹਿਲੀ ਵਾਰ ਤੇ ਗੈਪ ਦੇ ਵਿੱਚ 4 ਰਨ ਜੋੜਦਾ ਬਾਹ ਉਹ ਨੌਜਵਾਨਾਂ ਦੋਨੂੰ ਹੈਬੋ ਵਾਲੀਆਂ ਹੈਬੋ ਵਾਲੀਆਂ ਹੈਬੋ ਵਾਲੀਆਂ ਹੋਈ ਗਈਆਂ ਸਾਬਤ ਕਰ ਦਿੱਤਾ ਮੁੰਡੇ ਨੇ ਕਿ ਐਨ ਕਹਿੰਦੇ ਪਵਾ ਦਿੱਤੀਆਂ ਜਾ ਰਹੀਆਂ ਤੇ ਕਹਿੰਦੇ ਅੱਜ ਵਿਸ਼ੇਸ਼ ਤੌਰ ਤੇ ਅੱਜ ਕਹਿੰਦੇ ਦਾਦੇ ਦੇ ਸੱਦੇ ਤੇ ਪੁੱਜੇ ਆ ਔਰ ਕਹਿੰਦੇ ਸਾਹਮਣੇ ਅਗਲੀ ਬਾਲ ਤੇ ਸਾਹਮਣਾ ਕਰਨ ਲਈ ਕਹਿੰਦੇ ਗੋਲੂ ਅਮਰ ਵੀਰੋ ਉਧਰ ਪੈਰਾਂ ਦੇ ਇਸ਼ਾਰੇ ਜਿਹੜੇ ਦੇਖਾਂਗੇ ਸਿਰ ਦੀ ਬਾਲ ਜਿਹੜੇ ਮੁੰਡੇ ਨੇ ਪਾ ਦਿੱਤੀ ਹੈ ਬਾਲ ਡਾਊਟ ਹੈ ਲਵੀ ਨੌਜਵਾਨ ਇੱਕ ਰਹਿ ਗਈ ਮੈਨੂੰ ਲੱਗਦਾ ਦੋ ਬੱਲਾਂ ਬਾਕੀ ਹੈ ਦੋ ਬੱਲਾਂ ਬਾਕੀ ਹੈ ਨੱਪਾ ਸੁੱਤੋ ਵਾਲੀਆਂ ਨੱਪਿਆ ਖਿੱਚ ਪਿਆਰੀ ਦੁਰਲੇ ਦੇਰਾਂ ਦਾ ਕੁਝ ਨਹੀਂ ਵਿਗੜਿਆ ਦੋਨਾਂ ਚ ਇੱਕ ਮੁੜ ਕੇ ਨਾ ਫੇਰ ਕਹਿੰਦੇ ਕਹਾਣੀ ਬਦਲ ਜਾਣੀ ਹੈ ਫੇਰ ਕਹਾਣੀ ਬਦਲ ਜਾਣੀ ਮੈਨੂੰ ਦੱਸਿਆ ਪਰ ਨੱਪਾ ਕਹਿੰਦੇ ਬੜਾ ਬੜੀ ਚੜ੍ਹਾਈ ਆ ਨੱਪੇ ਦੀ ਵੀ ਪਿਛਲੇ ਸਾਲ ਦੀ ਚੈਂਪੀਅਨ ਟੀਮ ਹੈ ਇਸ ਵੇਲੇ ਕੱਜ ਹੋਈ ਬਾਲ ਤੇ ਸੋਹਣੀ ਬਾਲ ਦੇ ਮੁੰਡੇ ਸੋਹਣੀ ਫੀਲਡ ਕਰ ਦਿੰਦੀ ਹੈ ਇਸ ਵੇਲੇ ਬਾਲ ਦੀ ਜਿਹੜੀ ਸੋਹਣੀ ਮੁੰਡੇ ਬਾਲ ਪਾ ਦਿੰਦੀ ਹੈ ਕਿ ਖੜ ਖੜ ਵੇਦੇ ਲੋਕੀ ਸਾਨ ਜੱਟ ਨੂੰ ਆਉਂਦੇ ਯਾਰ ਰੋਕਣੇ ਤੂਫਾਨ ਜੱਟ ਨੂੰ ਵੀ ਖੜ ਖੜ ਵੇਦੇ ਲੋਕੀ ਸਾਨ ਜੱਟ ਨੂੰ ਆਉਂਦੇ ਯਾਰ ਰੋਕਣੇ ਤੂਫਾਨ ਜੱਟ ਨੂੰ ਪਰ ਸਾਹਮਣੇ ਵੀ ਕਹਿੰਦੇ ਹੈਬੋ ਵਾਲਿਆ ਗੋਲੂ ਹੈ ਇਹਦੀ ਬੜੀ ਅੱਤ ਦੀ ਚੜ੍ਹਾਈ ਹੈ ਪੈਂਦੀ ਹੋਈ ਬਾਲ ਦੁਨੀਆ ਕਹਿੰਦੀ ਹੈ ਵੀ ਕੁਝ ਨਾ ਕੁਝ ਜ਼ਰੂਰ ਹੋਣਾ ਪਰ ਇਸ ਵੇਲੇ ਇੱਕ ਰਨ ਹੈ ਇੱਕ ਰਨ ਦੇ ਨਾਲ ਓਵਰਾਂ ਦੀ ਸਮਾਪਤੀ ਦੋ ਓਵਰ ਤੇ 25 ਹੋ ਗਿਆ ਨਾਲੇ ਬਰਾਬਰੀ ਹੈ 25 ਬੋਲਦੇ ਸੀ 25 ਇਹਨਾਂ ਦੇ ਹੈ ਜਿਵੇਂ ਲਾਭ ਵੀਰੇ ਨੇ ਗੱਲਾਂ ਕੀਤੀਆਂ ਨੇ ਗੀਤਾਂ ਵਿੱਚ ਵੀ ਜੋ ਤੂੰ ਮਰਜ਼ੀ ਕਰਨਾ ਕਰ ਲੈ ਵੱਜ ਬਰਾਬਰ ਗੱਡਾਂਗੇ ਵੀ ਜੋ ਤੂੰ ਮਰਜ਼ੀ ਕਰਨਾ ਕਰ ਲੈ ਮਿੱਤਰ ਵੱਜ ਬਰਾਬਰ ਜਿਹੜੇ ਲਾਭ ਵੀਰੇ ਜਾਣਦੇ ਉਹਨਾਂ ਨੂੰ ਪਤਾ ਇਹ ਤਾਂ ਅੱਜ ਕੱਲ੍ਹ ਲੋਕ ਪੈਸੇ ਪੂਜਿਆਂ ਨੂੰ ਜਾਣਦੇ ਆ ਅੱਜ ਕੱਲ੍ਹ ਕਿਸੇ ਨੂੰ ਪੁੱਛ ਲੈ ਨਾ ਮਿੱਤਰ ਵੀ ਆਪਣੇ ਦੇਸ਼ ਵਿੱਚ ਦੇਸ਼ ਕਦੋਂ ਆਜ਼ਾਦ ਹੋਇਆ ਸੀ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਇਹ ਦੱਸ ਦੇਣਗੇ ਪਰ ਮਿਸ ਪੂਜਾ ਪੁੱਛ ਲੈ ਉਹ ਵੀ ਦੱਸ ਦੇਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਭਗਤ ਸਿੰਘ ਨੇ ਕਿਹੜੀ ਉਮਰ ਦੇ ਵਿੱਚ ਜਿਹੜੀ ਫਾਂਸੀ ਦਾ ਰੱਸਾ ਚੁੱਕ ਲਿਆ ਸੀ ਕਿਹੜੀ ਉਮਰ ਦੇ ਵਿੱਚ ਜਿਹੜਾ ਸ਼ਹੀਦ ਊਧਮ ਸਿੰਘ ਜਿਹੜਾ ਐਨ ਫਾਂਸੀ ਚੜਿਆ ਨਾ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਨਹੀਂ ਪਤਾ ਲਾਊ ਸਾਹਮਣੇ ਖੇਡ ਦੇ ਮੈਦਾਨ ਵਿੱਚ ਮੈਨੂੰ ਲੱਗਦਾ ਬਾਲਾਂ ਪਾਉਣ ਲਈ ਤਿਆਰ ਵਰ ਤਿਆਰ
ਕੰਜਾ ਆ ਗਿਆ ਮੇਰੇ ਵੀਰੋ ਲਾਡੀ ਕੰਜੇ ਦੀ ਬਾਲ ਹੋਵੇਗੀ ਸਾਹਮਣੇ ਗੋਲੂ ਆ ਗੋਲੂ ਪੜਿਆ ਨੇ ਮਾਰਿਆ ਉਹ ਬੜਾ ਖੱਬੀ ਖਰਾਬ ਸਮਝਦਾ ਤੈਨੂੰ ਇਹਨੂੰ ਮਾਰਨਾ ਤੈਨੂੰ ਤਾਂ ਬੰਨਾ ਆਓ ਪੰਜੀ ਬਾਲ ਤੇ ਪਿੱਛੇ ਨੰਬਰ ਸੱਤੋ ਵਾਲੀ ਹੈ ਇੱਕ ਰਨ ਜ਼ਰੂਰ ਜੋੜਦਾ ਨਜ਼ਰ ਆ ਰਿਹਾ ਇੱਕ ਰਨ ਦੇ ਵਾਧੇ ਹੋਣਗੇ ਇੱਕ ਸਿਰੇ ਦੀ ਬਾਲ ਹੈ ਸਿਰੇ ਦੀ ਟੱਕਰ ਹੈ ਦੋਨਾਂ ਟੀਮਾਂ ਦਰਮਿਆਨ ਤੇ ਮੈਚ ਬੜਾ ਸਿਰੇ ਦਾ ਕਿ ਚੱਲ ਦੇਖੋ ਮੈਚਾਂ ਚ ਪਟਾਕੇ ਪੂਰੇ ਪੈਣਗੇ ਜਿੱਤ ਹਾਰ ਦੇ ਨਾ ਫੈਸਲੇ ਅਧੂਰੇ ਯਾਰੋ ਰਹਿਣਗੇ ਮਾਰਦੇ ਨਾ ਦੰਦ ਕਡੋਏ ਜਾਂ ਬੜਾ ਪਵਿੱਤਰੋ ਨਿਕਲਦੇ ਨਾਗਾ ਚ ਖੁਰ ਪੈਸਾ ਪਵਿੱਤਰੋ ਲੱਗੇ ਆਉਣ ਦਾ ਯੋਧਾ ਗੱਲ ਸੱਚ ਕਹਿ ਗਿਆ ਥੋੜੀ ਸਮੇਂ ਚ ਪਤਾ ਲੱਗ ਜਾਣਾ ਕਿ ਰੋਇਲ ਅਕੈਡਮੀ ਵਾਲਾ ਕੱਪ ਕੌਣ ਲੈ ਗਿਆ ਥੋੜੇ ਸਮੇਂ ਵਿੱਚ ਪਤਾ ਲੱਗ ਜਾਣਾ ਵੀ ਰੋਇਲ ਅਕੈਡਮੀ ਵਾਲਾ ਦਾ ਕੱਪ ਜਿਹੜਾ ਉਹ ਕੌਣ ਲੱਗਾ ਚਾਰ ਰਨ ਜਿਹੜੇ ਦੰਦ ਰਾਜਪੂਤ ਨੇ ਜੋੜ ਦਿੱਤੇ ਹੈ ਇਹਦੀ ਵੀ ਬੜੀ ਚੜ੍ਹਾਈ ਹੈ ਇਹ ਵੀ ਕਹਿੰਦੇ ਵੱਡੀ ਦਾਅਵੇਦਾਰੀ ਪੇਸ਼ ਕਰ ਰਿਹਾ ਮੇਰੇ ਵੀਰੋ ਐਨ ਕਹਿੰਦੇ ਸੀਰੀਜ਼ 1100 ਹੈ 1100 ਹੈ 1100 ਨੂੰ ਹੱਥ ਪਾਉਣ ਨੂੰ ਫਿਰਦਾ ਹੈ 1100 ਨੂੰ ਹੱਥ ਪਾਉਣ ਨੂੰ ਪੈਂਦਾ ਤੇ ਸਾਹਮਣੇ ਕਹਿੰਦੇ ਬਾਲ ਪਾਉ ਵੀ ਕੱਜਾ ਸਾਹਮਣੇ ਨਾਟੋ ਪੈਦੀ ਬਾਲ ਤੇ ਸੋਹਣੀ ਡਰਾਈ ਪੁੱਟ ਨੇ ਕੀਤੀ ਆ ਇੱਕ ਤੇ ਦੂਜੇ ਦੀ ਮੰਗ ਹੈ ਦੂਜਾ ਰਨ ਪਰ ਉਹਨੇ ਬਣਾ ਉਹਨੇ ਮਨਾ ਕਰ ਦਿੱਤਾ ਉਹਨੇ ਮਨਾ ਕਰ ਦਿੱਤਾ ਕਹਿੰਦਾ ਬਸ ਪਾਓ ਤਾਂ ਪਾਓ ਸਾਹਿਬ ਬਾਕੀ 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 ਗੱਲ ਤੇਰੇ ਪਿਆ ਹੈ ਬਾਕੀ ਗੱਲ ਤੇਰੇ ਪਿਆ ਨੌਜਵਾਨਾਂ ਲਾਓ ਸਾਹਮਣੇ ਕਹਿੰਦੇ ਮੈਚ ਬੜਾ ਸਿਰੇ ਦਾ ਧਾਰ ਜੋਗ ਉੱਤੇ ਮੇਲਾ ਜਵਾਨੀ ਉਰਜੂ ਉਰਜੂ ਕਰਦੀ ਹੈ ਟੀਚੜੀ ਜਵਾਨੀ ਤੇ ਜਾਂ ਚੜਿਆ ਕਦੇ ਨਾ ਕੁੱਝ ਰਹਿੰਦੇ ਹੁਸਨ ਹੱਟਾ ਤੋਂ ਮੁੱਲ ਨਹੀਂ ਮਿਲਦੇ ਇਹ ਦੁਨੀਆਂ ਵਾਲੇ ਕਹਿੰਦੇ ਸੱਚ ਸਿਆਣੇ ਬੋਲ ਗਏ ਰੱਬ ਜਿਹੀ ਸਜਾਈ ਜਾਪੇ ਵੀ ਤਿੰਨ ਰੰਗ ਨਹੀਂ ਲੱਭਣੇ ਪੈਂਦਾ ਹੁਸਨ ਜਵਾਨੀ ਤੇ ਮਾਪੇ ਇੱਕ ਰੰਗ ਜਿਹੜਾ ਜੋੜਦਾ ਜ਼ਰੂਰ ਨਜ਼ਰ ਆ ਰਿਹਾ ਹੈ ਇੱਕ ਰੰਗ ਵਾਧੇ ਮੁੱਢ ਨੇ ਆਪਣੀ ਟੀਮ ਲਈ ਉਹ ਗੋਲੂ ਨੇ ਕਰ ਦਿੱਤਾ ਲਾਓ ਰਹਿੰਦੀਆਂ ਬੋਲਾਂ ਦੇ ਵਿੱਚ ਮੁੰਡਾ ਸਾਹਮਣੇ ਕਰ ਲਈ ਤਿਆਰ ਬਰ ਤਿਆਰ ਦੋ ਰਹਿ ਗਈਆਂ ਸੋਬਰ ਕੇ ਦੋ ਰਹਿ ਗਈਆਂ ਤੇ ਬੋਲਾਂ ਪਾਉਣ ਦੀ ਗੱਜਾ ਤਿਆਰ ਬਰ ਤਿਆਰ ਹੈ ਗੱਜਿਆ ਕੁਝ ਨੀ ਵਿਗੜਿਆ ਕੁਝ ਨੀ ਵਿਗੜਿਆ ਜੇ ਕਿਤੇ ਦੋਨਾਂ ਚੱਕ ਲਾ ਲਿਆਣਾ ਫਿਰ ਜ਼ਰੂਰ ਕੁਝ ਨਾ ਕੁਝ ਕਰ ਜਾਣਾ ਇਹਦਾ ਕੁਝ ਕਰਨਾ ਬੜਾ ਕਰਨਾ ਬੜਾ ਜੇ ਛੋਟਾ ਇਹਨੇ ਜ਼ਰੂਰ ਕੁਝ ਨਾ ਕੁਝ ਕਰ ਦੇਣਾ ਨਹੀਂ ਤਾਂ ਇਹ ਛੋਟਾ ਜ਼ਰੂਰ ਕੁਝ ਨਾ ਕੁਝ ਕਰਨਾ ਲਾਓ ਸਾਹਮਣੇ ਬਾਲ ਕਹਿੰਦੀ ਹੈ ਦੁਨੀਆ ਕਹਿੰਦੀ ਹੈ ਪਰ ਆਪਾਂ ਦੇ ਇਸ਼ਾਰੇ ਆਪਾਂ ਜ਼ਰੂਰ ਦੇਖਦੇ ਬਾਲ ਡਾਊਟ ਹੈ ਬਾਲ ਜਿਹੜੀ ਇੱਕ ਰਨ ਇੱਕ ਰਨ ਇੱਕ ਰਨ ਇੱਕ ਰਨ ਦੇ ਵਾਧੇ ਹੋਣਗੇ ਵੀ ਇੱਕ ਤੇ ਇੱਕ ਦੋ ਨਹੀਂ ਹੁੰਦੇ ਇੱਕ ਤੇ ਇੱਕ 11 ਨਹੀਂ ਦਾਖਲ ਬਾਣੀ ਹੁੰਦੀ ਆ ਮਿੱਤਰਾਂ ਵਿਗੜੇ ਹੋਏ ਯਾਰਾਂ ਦੀ ਡਰ ਕੀ ਚੰਗਾ ਹੁੰਦਾ ਨੀ ਪਿਓ ਜੋ ਹੁੰਦਾ ਧੀਆਂ ਦਾ ਬਹੁਤਾ ਚਿਰ ਨੀ ਪਾਲ ਬੰਦੇ ਦਾ ਆਪਣੇ ਜੀਆਂ ਦਾ ਵੀ ਕਸੀ ਦਾ ਨੀ ਰੱਖ ਕੇ ਬਨੇਰੇ ਉੱਤੇ ਮੱਜਾ ਬਈ ਚੱਕ ਮੇ ਜੇ ਬੰਦੇ ਨਾਲੋਂ ਪਾਸਾ ਕੀਤਾ ਚੰਗਾ ਬਈ ਵੀ ਚੱਕ ਮੇ ਜੇ ਬੰਦੇ ਨਾਲੋਂ ਪਾਸਾ ਕੀਤਾ ਚੰਗਾ ਬਈ ਉਸ ਵੇਲੇ ਸਾਹਮਣੇ ਗੋਲੂ ਨੇ ਸਾਹਮਣਾ ਕਰਨਾ ਆਖਰੀ ਬਾਲ ਹੈ ਗੱਜੇ ਦੀ ਤੇ ਸਾਹਮਣੇ ਗੋਲੂ ਕੁਝ ਨਾ ਕੁਝ ਜ਼ਰੂਰ ਹੋਣਾ ਪਰ ਨਹੀਂ ਹਾਲੇ ਦਿੱਲੀ ਦੂਰ ਹੈ ਲਾਓ ਸਾਹਮਣੇ ਓਵਰ ਦੀ ਸਮਾਪਤੀ ਦੱਸੀਏ ਬਾਈ 33 ਹੋ ਗਿਆ 33 ਹੋ ਗਿਆ ਵੀ ਜਦੋਂ 33 ਲਾਓ ਸਾਹਮਣੇ ਕਹਿੰਦੇ ਇੱਕ ਨੰਬਰ ਤੇ ਕਿਹੜੀ ਟੀਮ ਨੇ ਆਉਣਾ ਇਹ ਤਾਂ ਗੱਲ ਸਮਾਂ ਦੱਸੋ ਕਿਉਂਕਿ ਸਮਾਂ ਬੜਾ ਭਾਰੀ ਹੈ ਸਮਾਂ ਬੜਾ ਭਾਰੀ ਹੈ ਕਿਉਂਕਿ ਸਮੇਂ ਉੱਤੇ ਭਾਰੀ ਦਾ ਵੀ ਪਤਾ ਲੱਗ ਜੂ ਕਿ ਰੋਗ ਹੀ ਬਥੇਰਾ ਮੋਢੇ ਉੱਤੇ ਟੱਗੀ ਦਾ ਤੇ ਪੱਤਰੀ ਦੇ ਕੰਨਾਂ ਵਿੱਚ ਗੱਲ ਪਾ ਦਿਓ ਚਾਜਰਾ ਭਾਗੇ ਦੀ ਸ਼ੇਰਾਂ ਕੋਲੋਂ ਰੱਗੀ ਦਾ ਸੱਤ ਮਹੀਨੇ ਵਾਲੇ ਦੀ ਤੂੰ ਸਾਂਝ ਫੁੱਟੀ ਦਾ ਸੋਲਾਂ ਦੇ ਸੱਚ ਸਿਆਣੇ ਕਹਿੰਦੇ ਨੇ ਕਿ ਜਿੰਨਾ ਦਿਨ ਦੇ ਗਲਾਂ ਵਿੱਚ ਪੱਟੇ ਮਾਰਸਾ ਬੜੇ ਬੱਲੇ 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 90 ਨੇ ਗਲਾ ਦਿੱਤੀ ਹੈ ਵਾਹ ਉਹ 90 ਵਾਹ ਉਹ 90 ਨੱਬਾ ਨੱਬਾ ਸੱਤੋਵਾਲ ਦੀ ਧਰਤੀ ਦਾ ਸਿੱਖ ਸਰਦਾਰ ਗੱਭਰੂ ਐਨ ਕਮਾਲ ਕਰ ਦਿੱਤੀ ਹੈ ਕਮਾਲ ਕਰ ਦਿੱਤੀ ਹੈ ਕਮਾਲ ਕਰ ਦਿੱਤੀ ਹੈ ਨੱਬਾ ਕਹਿੰਦੇ ਕਮਾਲ ਕਰ ਗਿਆ ਮੇਰੇ ਵੀਰੇ ਬੱਲੇ ਬੱਲੇ ਕਰਵਾ ਗਿਆ ਕਿ ਗੱਜਣੀ ਉਹ ਹਿੱਤ ਵੀ ਇੱਜ਼ਤ ਲਿਆਏ ਦਿੱਲੀ ਨੂੰ ਵੀ ਜਿੱਤ ਕੇ ਛੱਡ ਆਏ ਉਹੀ ਦਿੱਲੀ ਤੱਪਦੀ ਅੱਜ ਕੱਲ੍ਹ ਰਾਜਾਂ ਨੂੰ ਇੱਕ ਮਾਰਦੇ ਠੋਕਰ ਠੋਕਰ ਤੱਕ ਤੱਕ ਰਾਜਾਂ ਨੂੰ ਹੁਣ ਮੈਚ ਬਦਲ ਜਾਣਾ ਭਾਜੀ ਹੁਣ ਮੈਚ ਬਦਲ ਜਾਣਾ ਹੁਣ 33 ਬਣ ਕੇ 33 ਰਹਿ ਗਏ ਆ 33 ਰਹਿ ਗਿਆ 33 ਰਹਿ ਗਿਆ ਜਿਵੇਂ ਮਲਕੀਰ ਤੌਰ ਤੇ ਗਿਆ ਤਾਂ ਜੀਤਾਂ ਚ ਗੱਲਾਂ ਕਰ ਦੇਣਾ ਵੀ ਅੱਧਾ ਕੰਮ ਤੇ ਨਿਬੜ ਗਿਆ ਤੇ ਅੱਧਾ ਹਲੇ ਬਾਕੀ ਹੈ ਵੀ ਅੱਧਾ ਮੁੰਡਾ ਵਿਗੜ ਗਿਆ ਤੇ ਮੁੰਡਿਆ ਅੱਧਾ ਹਲੇ ਬਾਕੀ ਹੈ ਅੱਧਾ ਬਾਕੀ ਹੈ ਤਾਂ ਬਾਕੀ ਆ ਹਲੇ ਹਲੇ ਮੁੱਕਿਆ ਨੀ ਹਲੇ ਮੁੱਕਿਆ ਨੀ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹਲੇ ਮੁੱਕਿਆ ਨੀ ਹਲੇ ਮੁੱਕਿਆ ਨੀ ਲਾਓ ਸਾਹਮਣੇ ਇਸ ਵੇਲੇ ਕਾਰਨ ਸਾਹਮਣਾ ਕਰਨਾ ਪੈਂਦੀ ਬਾਲ ਤੇ ਸਾਹਮਣੇ ਗੋਲੂ ਆਵੇਗਾ ਲਾਬੀ ਮਿੱਤਰਾ ਸਾਹਮਣੇ ਤੇਰੇ ਨਾਲ ਦਾ ਸਾਥੀ ਮੋੜ ਦਿੰਦਾ ਬੜਾ ਦੁੱਖ ਲੱਗਿਆ ਬੜਾ ਦੁੱਖ ਲੱਗਿਆ ਵੀ ਉਹ ਡਾਢਾ ਦੁੱਖ ਬਣਾ ਬੈਠੀ ਡਾਕ ਬੱਖੀ ਵਿੱਚ ਬੱਚੇ ਹੂਰੇ ਦਾ ਹੁਣ ਬੰਦ ਪਿਆ ਦਰਵਾਜ਼ਾ ਨੀ ਜੋ ਫਾਟਕ ਕੋਟ ਕਪੂਰੇ ਦਾ ਵੀ ਜੇ ਗੱਲਾਂ ਜਿਹੜੀਆਂ ਗੁਰਦਾਰ ਸੰਧੂ ਨੇ ਗੀਤਾਂ ਚ ਕੀਤੀਆਂ ਨਾ
ਪਰਵਾਰ ਪਿੰਡਾਂ ਦਾ ਗੱਲਾਂ ਜਿਹੜੇ ਕਰਦਾ ਨਾ ਉਹਨੇ ਸੱਚੀਆਂ ਕੀਤੀਆਂ ਇਸ ਵੇਲੇ ਖੇਡ ਮੈਦਾਨ ਵਿੱਚ ਗੋਲੂ ਨੇ ਸਾਹਮਣਾ ਕਰਨਾ ਪਰ ਸਾਹਮਣੇ ਕਹਿੰਦੇ ਨੱਪਾ ਸੱਤੋਵਾਲ ਦੀ ਧਰਤੀ ਦਾ ਦੁਨੀਆਂ ਦਾ ਆਖਕ ਯੋਧਾ ਰੁਸਤਮੈ ਖਿਲਾੜੀ ਹੈ ਲਾਓ ਸਾਹਮਣੇ ਕਹਿੰਦੇ ਕੈਦੀ ਹੁਦਾਲ ਤੇ ਗੋਲੂ ਨੇ ਸਾਹਮਣਾ ਕਰਨਾ ਇਸ ਵੇਲੇ ਹਾਏ ਰੱਬਾ ਹਾਏ ਰੱਬਾ ਉਹਨੇ ਘੁਮਾ ਘੁਮਾ ਕੇ ਸਿੱਟੀਆਂ ਬੋਲ ਜਾਂਦੀਆਂ ਘੁਮਾ ਘੁਮਾ ਕੇ ਉਹਨੇ 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 ਅੱਖਾਂ ਦੇ ਅੱਖਾਂ ਪਾ ਕੇ ਪੁੱਛਿਆ ਕਿ ਗੋਲੂ ਮਾਰ 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 ਬੜਿਆਂ ਨੂੰ ਮਾਰਿਆ ਮੈਨੂੰ ਮਾਰ ਮੈਂ ਤੈਨੂੰ ਤਾਂ ਮੰਗਾ ਬੜਿਆਂ ਨੂੰ ਮਾਰਿਆ ਮੈਨੂੰ ਮਾਰ ਮੈਂ ਤੈਨੂੰ ਤਾਂ ਮੰਗਾ ਕਿ ਬੜਿਆਂ ਨੂੰ ਮਾਰਿਆ ਮਾਰੇ ਹੋਣਗੇ ਮਾਰਿਆਂ ਨੂੰ ਮਾਰਿਆਂ ਨੂੰ ਮਾਰੇ ਹੋਣਗੇ ਮਾਰਿਆਂ ਨੂੰ ਮਾਰੇ ਹੋਣਗੇ ਮੈਨੂੰ ਮਾਰ ਮੈਂ ਤੈਨੂੰ ਤਾਂ ਮੰਗਾ ਲਾਓ ਸਾਹਮਣੇ ਗੋਲੂ ਹੈਬੋ ਵਾਲੀ ਹੈ ਹੈਬੋ ਵਾਲੀ ਹੈ ਬੜਾ ਦਿਮਾਗੀ ਹੈ ਪਰ ਖੇਡੀ ਬਾਲ ਤੇ ਮੁੰਡੇ ਨੇ ਇੱਕ ਰਨ ਦੇ ਵਾਧੇ ਆਪਣੀ ਟੀਮ ਲਈ ਜੋੜਤਾ ਦੂਜੇ ਦੀ ਮੰਗ ਹੈ ਦੂਜੇ ਲਈ ਭੱਜ ਤੁਰਿਆ ਪਰ ਨਹੀਂ ਉਹਨੇ ਤੋੜਤਾ ਉਹਨੇ ਵਾਪਸ ਮੋੜਤਾ ਉਹਨੇ ਇਹਨੂੰ ਵਾਪਸ ਮੋੜਤਾ ਇੱਕ ਦੇ ਨਾਲ ਜਿਹੜਾ ਮੁੰਡੇ ਨੂੰ ਖੁਸ਼ੀ ਹੋਈ ਇੱਕ ਦੇ ਨਾਲ ਹੀ ਕਹਿੰਦੇ ਇੱਕ ਹੀ ਲੜਾ ਇੱਕ ਦੇ ਨਾਲ ਕਿਉਂਕਿ ਨਾ ਚੰਬਿਆ ਕਿੰਨਾ ਚੰਬਣ ਤੂੰ ਕੱਲ ਸਮਝਾ ਲੈ ਵੀ ਇੱਕੋ 13 ਲੱਖ ਵਰਗਾ ਮੇਲਾ ਰਾਜ ਭਾਜੀ ਉਹਨਾਂ ਦਾ ਮੇਲਾ ਮੀਤ ਮਲਿਕ ਦੀ ਯਾਦ ਨੂੰ ਕਰਾਇਆ ਮੇਲਾ ਸਫਲ ਹੋ ਗਿਆ ਵੱਡਾ ਮੇਲਾ ਸਾਰੀ ਪ੍ਰਬੰਧਕ ਕਮੇਟੀ ਦਾ ਪੈਂਤੀ ਮੈਡਮ ਜੀ ਨਾਲ ਜਿੰਨੀ ਮੈਡਮ ਸਾਡੀ ਸਾਰਿਆਂ ਦਾ ਧੰਨਵਾਦ ਹੈ ਜਿੰਨੇ ਵੀ ਦੂਰੋਂ ਨੇੜੇ ਚੜ ਕੇ ਸਾਡੇ ਭਰਾ ਆਏ ਨੇ ਚੜ ਕੇ ਦੇਖ ਜਵਾਰੇ ਹੋ ਗਿਆ ਕੀ ਮਿੱਤਰਾ ਪੁੱਛਦੇ ਸੀ ਮੈਨੂੰ ਸਾਰੇ ਹੋ ਗਿਆ ਕੀ ਮਿੱਤਰਾ ਲਾਓ ਜੀ ਹੋਣਾ ਕੀ ਹੈ ਖੜਕਾ ਦਰਕਾ ਹੋ ਗਿਆ ਉਹਨੇ ਵਿਕਟਾਂ ਮੋੜਦੀਆਂ ਵਿਕਟਾਂ ਮੋੜਦੀਆਂ ਪਰ ਜੇ ਇੱਥੇ 2-3 ਵਿਕਟਾਂ ਹੋਰ ਮੁੜ ਗਏ ਤੇ ਰਾਜ ਭਾਜੀ ਫਿਰ ਕਹਾਣੀ ਬਦਲ ਜਾਣੀ ਹੈ ਕਹਾਣੀ ਬਦਲ ਜਾਣੀ ਹੈ ਮੈਚ ਇੱਕ ਪਾਸੇ ਨੂੰ ਹੋ ਜਾਣਾ ਇੱਕ ਪਾਸੇ ਨੂੰ ਲਾਓ ਆ ਲਓ ਜੀ ਅਗਲਾ ਬੱਲੇ ਦਾ ਜਲਦੀ ਨਾਲ ਟੇਪੀ ਕਰ ਦੇ ਇਹਦਾ ਵਾਰ ਕੱਢ ਦੇ ਰਾਜ ਭਾਜੀ ਗੱਲ ਸਹੀ ਕਹਿ ਰਹੇ ਹੁੰਦੇ ਆ ਵੀ ਸਾਰਿਆਂ ਨੂੰ ਬਾਰੀ ਮਿਲਦੀ ਹੈ ਬਾਰੀ ਸਾਰਿਆਂ ਨੂੰ ਮਿਲਦੀ ਹੈ ਸਾਰਿਆਂ ਨੂੰ ਬਾਰੀ ਮਿਲਦੀ ਹੈ ਪਰ ਰਾਜ ਭਾਜੀ ਹੁਣ ਤੱਕ ਜੋ ਹੋ ਗਿਆ ਆਹ 2 ਓਵਰ ਬਚਦੇ ਆ ਹਾਲੇ ਆਹ ਮੁੰਡਾ ਖੜਾ ਜਿੱਦਾਂ ਆਹ ਮੁੰਡਾ ਖੜਾ ਨਾ ਉਹਨੇ ਇੱਧਰ ਕੁਝ ਨਾ ਕੁਝ ਜ਼ਰੂਰ ਹੋਣਾ ਵੀ ਹਾਲੇ ਤਾਂ ਯਾਰ ਮੈਦਾਨ ਵਿੱਚ ਹੈ ਕੁਝ ਵੀ ਹੋ ਸਕਦਾ ਹਾਲੇ ਤਾਂ ਪੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹਾਲੇ ਤਾਂ ਬੋਲ ਜਬਾਨ ਵਿੱਚ ਮਿੱਤਰਾ ਕੁਝ ਵੀ ਹੋ ਸਕਦਾ ਜਿੰਨੀ ਦੇਰ ਆਹ ਗੋਲੂ ਖੜਾ ਨਾ ਕੋਈ ਨਾ ਕੋਈ ਜ਼ਰੂਰ ਨਾ 35 ਆ ਫਿਰ 35 ਹੈ ਪਰ ਇੱਕ ਵਾਰੀ ਇਹ ਤਾਂਡੀ ਮਾਰਦੇ 3 ਮਿੰਟਾਂ ਤੇ 2 ਰਨ ਦਿੱਤੇ ਸਿਰਫ 90 ਨੇ ਵਾਹ ਉਹ 90 ਆ 3 ਵਿਕਟਾਂ ਕੱਢੀਆਂ ਬੰਦੀ ਦਾਅਵੇਦਾਰੀ ਆ 90 ਨੂੰ ਪਤਾ 90 ਨੂੰ ਦਾਅਵੇਦਾਰੀ ਆ 90 ਨੂੰ ਪਤਾ ਦਾਅਵੇਦਾਰੀ ਆ ਹੁਣ ਕਹਿੰਦੇ ਇਸ ਵੇਲੇ 90 ਨੇ ਕਹਿੰਦੇ ਕਮਾਲ ਕਰ ਦਿੱਤੀਆਂ ਬਾਕੀ ਕਹਿੰਦੇ ਧੜ ਧੜ ਕਰਵਾ ਦੇ 90 ਆ ਚੜ੍ਹਾਈ ਪੂਰੀ ਆ ਅੱਗ ਦੀ ਚੜ੍ਹਾਈ ਆ 90 ਨੇ ਜੇ ਪਾਤਾ ਕਰ ਮੈਡਮ ਨਜਾਇਜ਼ ਆਊਟ ਕਰਵਾਈ ਜਾਂਦੇ ਉੱਥੇ ਵੱਡੇ ਮਾਤਾ ਰਾਣੀ ਰਾਸ ਜੀ ਸ਼ਾ ਮਾਰ ਰਹੀ ਗੱਡੀਆਂ ਰੋਕੀ ਨਾ ਨਹੀਂ ਇਹਨਾਂ ਨੇ ਕਿਸੇ ਤੇ ਲਾਏ ਹਲੇ ਇਹਨਾਂ ਤੋਂ ਨਹੀਂ ਮੇਰੀ ਨਾ ਬਸ ਕੰਮ ਦਿੱਤੀ ਮੈਡਮ ਦੇ ਕੰਮ ਦਾ ਮਾਤਾ ਰਾਣੀ ਨਹੀਂ ਖੇਡਦੀ ਲਓ ਸਾਹਮਣੇ ਅਭਿਸ਼ੇਕ ਦੀ ਬਾਲ ਹੋ ਗਈ ਗੋਲੂ ਸਾਹਮਣੇ ਆ ਤੇ ਰਨ ਮਿਲੋ ਦਾ 31 ਰਨ ਬਾਕੀ ਹੈ ਜਿਹੜੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਸਾਹਮਣਾ ਕਰਨ ਲਈ ਗੋਲੂ ਤਿਆਰ ਬੰਦਿਆ ਪੰਜੀ ਬਾਲ ਤੇ ਬੱਲੇ 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 ਆ ਗੱਜਾ 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 ਬਾਲ ਗੱਜਿਆ ਬਾਲ ਗੱਜਿਆ ਗੱਜੇ ਨੇ ਬੜੀ ਸੋਹਣੀ ਖੇਡ ਦਿਖਾਈ ਹੈ ਅਸੀਂ ਤਾੜੀ ਮਾਰਦੇ ਨੇ ਗੱਜੇ ਦੀ ਖੇਡ ਸੋਹਣੀ ਲੱਗੀ ਹੈ ਤਾੜੀ ਮਾਰ ਦਿਓ ਤਾੜੀ ਮਾਰ ਦਿਓ ਸਭ ਤੋਂ ਵੀਰ ਮੈਡਮ 6000 ਕਰਨ ਸਾਡਾ ਵੀਰ ਵੀ ਆਇਆ ਨੂਰ ਵਾਲ ਔਰ ਧੰਨਵਾਦ ਆ ਵੀਰ ਦਾ ਕਹਿੰਦੇ ਵੱਡੇ ਟੂਰਨਾਮੈਂਟ ਇਹ ਆਪਣੇ ਕਰਵਾਉਂਦੇ ਨੇ ਪਿੰਡ ਦੇ ਵਿੱਚ 35 ਬਾਲ ਇਸ ਵੇਲੇ ਖੇਡ ਮੈਦਾਨ ਵਿੱਚ ਲਾ ਵੀ ਗੋਲੂ ਗੋਲੂ ਨੇ ਸਾਹਮਣਾ ਕਰਨਾ ਸਾਹਮਣਾ ਗੋਲੂ ਨੇ ਕਰਨਾ 35 ਬਾਲ ਤੇ ਟਰਾਈ ਵੱਡੀ ਹੈ ਟਰਾਈ ਵੱਡੀ ਹੈ ਪਰ ਇਸ ਵੇਲੇ ਸੋਹਣੀ ਫੀਲਡ ਮੁੰਡੇ ਦੇ ਕਰ ਬਾਹ ਨੌਜਵਾਨ ਬਾਈ ਤਾੜੀ ਮਾਰਦੇ ਮੁੰਡੇ ਦੀ ਫੀਲਡ ਸੋਹਣੀ ਲੱਗੀ ਹੈ
गुलजार मिर्जा भाजी कहते हैं भी 200 की टिकट होगी 200 की टिकट होगी 200 की टिकट लाओ सामने खेल के बना एक रात बाद जो हो गए एक रात बाद मित्र हो गए लाओ सामने आ गया गोलू ला भी गोलू हल भी 8 बोला बाकी है 8 बोलों के 28 रन बाकी है 28 रन तीन चक्के चाहिए हले भी 28 रन बाकी 28 बाकी है और खेल के मैदान में गोलू सामने है 8 बोला बाकी है हस के दे देना इस बेले नौजवान विकेट कट थापी मार 200 रुपये तक दबा देना और इस बेले खेल अभिषेक की बाल है सामने गोलू का सामना करना लाभी गोलू तैयारी खेच पर पिछे हाले भी 7 बॉलां बाकी है 27 रन बाकी है 27 रन बाकी है 7 बॉलां ते 27 रन बाकी है छक्के हाले भी 4.5 बाकी है हाले भी 4.5 छक्के बाकी है नौजवान जल्दी से मैच विच सुरे दी टक्कर है दोनों टीमों के बीच बाकी चले जाओगे फिर यार इन्हें ये तो नहीं पता मैडम ये ब्रैकेट उन्नी है गाती जका ये उतना नहीं है कितने रन अभी मार दी रन 6 मार दे 28 रह गए लाओ सामने खेल के मैदान में इस वे गोलू ने सामना करना 35 बाल से गोलू ने ट्राई की है ट्राई बढ़ी है पर रन 4 अजे 6 दसी बई चौका 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 हो चौके हूँ 24 रह गए हूँ 24 रह गए 6-24 रह गए भाई 6-24 रह गए चार तक दूजी बार चैंपियन बन गए जहां नवा चैंपियन वो गल पक्की है लाओ सामने 6 है भाई 6 रन है भाई 6 रन है 6 रन है भाई इतने बंदे बैठे दस बजे कि बाहर बैठे जी कुछ ठीक है जी ठीक है जी पाल लेने जी पाल लेने जी चार है चार है बिल्कुल बिल्कुल ओ था डब्बा निकल के खड़े ना ऊपर एक कैमरे है सीसीटीवी कैमरे ये कली कली गल नोट कर रहे हैं सामने के खिलाड़ी सामने गल तैयार बचाने आ गए ना बन जाने200 जे मुंडा विकेट कर के थापी मारता 200 रुपये विकेट 200 रुपये राज भाई वालों 400 की विकेट है 400 की विकेट इतने 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 हूँ 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 मैच एक पास हो जाए आ विकेट आ बोल मैच एक पास हो जाना अपने गाने जान चाहिए तेरे बार लिया मारे पर तुम आप नहीं मारे
ਆਪ ਨੂੰ ਵੀ ਮਾਰਨੇ ਪੈਣੇ ਆ, ਆਪ ਨੂੰ ਵੀ ਮਾਰਨੇ ਪੈਣੇ, ਉਹਨਾਂ ਦੇ ਆਪ ਨੇ ਮਾਰੇ ਆ, ਉਹਨਾਂ ਦੇ ਗੰਜੇ ਨੇ ਮਾਰੇ ਆ। ਮੈਨੂੰ ਦੱਸਾਂ ਇਹ ਗੱਲ ਸੱਚੀ ਹੈ, ਸਾਰਿਆਂ ਨੂੰ ਪਤਾ, ਇਹ ਗੱਲ ਸਾਰਿਆਂ ਨੂੰ ਪਤਾ, ਇਹ ਕਹਿਣ ਦੀ ਗੱਲ ਨਹੀਂ, ਇਹ ਗੱਲ ਸਾਰਿਆਂ ਨੂੰ ਪਤਾ। ਗੰਜੇ ਨੇ ਆਪਣੀ ਟੀਮ ਨੇ ਮਾਰੇ, ਆਪਣੀ ਟੀਮ ਨੂੰ ਵੀ ਮਾਰਨਾ ਪੈਣਾ, ਜੇ ਆਪਣੀ ਟੀਮ ਨਹੀਂ ਮਾਰੂਗੀ ਤਾਂ ਦੂਜੇ ਦਾ ਕਸੂਰ ਨਹੀਂ ਆਪਾਂ ਕੱਢ ਸਕਦੇ। ਇਹ ਗੱਲ ਸੱਚੀ ਹੈ ਬਾਈ ਜੀ, ਜਾਓ ਸਾਹਮਣੇ ਖੇਡ ਬਣਾ ਕੇ, ਹੁਣ ਚਾਰ ਦੀਆਂ ਚਾਰ ਰਨ ਪਾਉਣੀਆਂ ਪੈਣੀਆਂ, ਜਾਂ ਤਾਂ ਕੁਝ ਤਰ੍ਹਾਂ ਮਾਰ ਦੋ ਜਵੇ, ਦੋ ਪੀਪਰ ਆ ਜਾਣ ਜਾਂ ਦੋ ਓਵਰ ਆ ਜਾਣ, ਜਾਂ ਕੋਈ ਬੈਟ ਇੱਧਰ ਉੱਧਰ ਕਿਸੇ ਪੰਜ ਪੰਜ ਮਿਲ ਜਾਣ, ਇਹ ਤਾਂ ਗੱਲ ਬਣ ਜਾਣੀ ਹੈ। ਨਹੀਂ ਤਾਂ ਕਹਿੰਦੇ ਮੈਚ ਆ ਗਿਆ, ਸਾਡੇ ਖੇਡ ਦੇ ਕਾਕੋ ਵਾਲੀ ਆ ਗਿਆ, ਕਾਕੋ ਵਾਲੀ ਆ ਮਿੱਤਰ, ਸਾਡੇ ਜ਼ਿੰਦਗੀ ਦਾ ਬਹੁਤ ਪਿਆਰਾ, ਲਾਓ ਸਾਹਮਣੇ 500 ਦੀ ਵਿਕਟ ਆਏ, ਲਓ ਗੁਲਜ਼ਾਰ ਬਾਜੀ ਕਹਿੰਦੇ 500 ਦੀ ਵਿਕਟ ਆਏ, ਤੇ ਦੀਪੂ ਬਾਲ ਤੇ 500 ਦੀ ਵਿਕਟ ਆਏ, ਬੱਲੇ ਤੇ ਮਾਰਨ ਲੱਗੇ ਲੱਗੀ ਚੜ੍ਹਦਾ ਹੋਣੀ ਆ ਬਾਈ ਜੀ, ਪਹਿਲਾ ਵੱਜ ਗਿਆ ਬਿੱਲਾ ਬੇਲੀ, ਤਿੰਨ ਬੋਲੋ ਤਿੰਨ ਛੱਕੇ ਬਾਕੀ ਆ, ਤਿੰਨ ਬੋਲਾਂ ਵਿੱਚ ਤਿੰਨ ਛੱਕੇ ਬਸ, 17 ਰਹਿ ਗਏ, 17 ਤਿੰਨ ਚ 17 ਰਹਿ ਗਏ ਆ, ਤਿੰਨ ਬੋਲਾਂ ਚ 17 ਰਹਿ ਗਏ, ਤਿੰਨ ਬੋਲ 17 ਰਹਿ ਗਏ, ਤਿੰਨ ਬੋਲਾਂ 17 ਰਹਿ ਗਏ, ਇੱਕ ਨੂੰ ਬੋਲ ਲੱਗੇ ਨਹੀਂ ਆ, ਦੋ ਬੋਲ ਪੀ ਲਈ ਤੇ ਟੀਮਾਂ ਕਿੰਨੇ ਤਕੜੀਆਂ ਮੇਰੇ ਵੀਰੇ, ਦੋਨੇ ਖੇਡ ਦੇ ਮੈਦਾਨ ਵਿੱਚ ਦੋਨੇ ਟੀਮਾਂ ਤਕੜੀਆਂ, ਪਿੱਛਾ ਮੈਂ ਖੋ ਮੈਚਾਂ ਦੇ ਲੇਟ ਜੋ ਜਾਇਆ ਤਾਂ ਵੀ ਨਹੀਂ, ਜੇ ਵੱਜਣੇ ਉਹ ਵੱਜੀ ਜਾਉਗੇ, ਨਾ ਫਸਲੇ ਉਹ ਧੁਮਰੇ ਜਾ ਰਹਿਣਗੇ, ਪਾਜੀ ਸੀ ਬਾਲ ਤੇ ਟੂਟਾ ਵੀ ਦੂਜਾ ਚੌਕਾ ਲੱਗ ਜਾਵੇ ਨਾ, ਤਾਂ ਵੀ ਟਾਈਮ ਛੱਕਾ ਲੱਗ ਜਾਵੇ, ਵਾਈਟ ਵੀ ਨਿਕਲ ਜਾਵੇ, ਅੱਜ ਬੜਾ ਕੱਪ ਯਾਰ ਭਰੇ ਕੌਣ ਲੈ ਗਿਆ, ਅੱਜ ਬੜਾ ਕੱਪ ਕੌਣ ਲੈ ਗਿਆ, ਇਹ ਗੱਲ ਪੱਕੀ ਆ ਬਾਈ ਜੀ, ਦੋ ਬੋਲਾਂ ਦੇ ਵਿੱਚ 11 ਰਹਿ ਗਏ, ਕਦੀ ਕਾਕੋ ਵਾਲੀ ਦੋ ਬੋਲਾਂ 11 ਰਹਿ ਗਏ, ਬੈਟ ਬੜਾ ਸਿਰੇ ਲੱਗ ਗਿਆ, ਚੁੱਕਾ ਵੀ ਚਾਹੀਦਾ ਹੈ, ਸਿਰੇ ਦੀ ਟੱਕਰ ਹੈ, ਦੋਨੇ ਟੀਮਾਂ ਦਰਮਿਆਨ ਚੱਲ ਗਏ, ਬੜਾ ਸਿਰੇ ਨਾ ਆ ਗਿਆ, ਭਰ ਜੋ ਉੱਤੇ ਪਹਿਲਾਂ ਜਵਾਨੀ ਉੱਠ ਜੂ ਕਰਦੀ ਹੈ, 6-10 ਹੋਏ ਨੇ ਆ, ਜੇ ਮੈਚ ਬਈ ਡਰਾਉਣ ਦਾ ਸੁਪਰ ਓਵਰ ਹੀ ਹੁੰਦਾ, ਕਹਿੰਦਾ ਟਿਕਾਣੇ ਵੀ ਹੈ ਤੇ ਸੁਪਰ ਓਵਰ ਹੋ ਜਾਣਾ, ਦੁਨੀਆ ਸੁਪਰ ਓਵਰ ਦੇਖਣ ਨੂੰ ਬੈਠੀ ਹੈ, ਦੁਨੀਆ ਸੁਪਰ ਓਵਰ ਬੈਠੀ ਹੈ, ਵਿਕਟ ਲਾ ਵੀ ਸੱਤੇ ਵੀ ਕੀਤੀ ਕਰਾਈ ਖੂਜ ਨਾਮਾ ਦੀ ਗੱਲਾਂ ਹੋਰ ਨਾ ਹੋ ਜਾਣ, ਐਨ ਕਹਿੰਦੇ ਗੱਲਾਂ ਟਿਕਾਣੇ ਆ, ਦੋ ਬਾਲਾਂ ਚ ਦੋ ਛੱਕੇ, ਪੈਂਤੀ ਹੋਈ ਨਾ ਬੱਲੇ ਬੱਲੇ ਹੋ ਗਿਆ ਮੇਰੇ ਵੀਰੇ, ਬੱਲੇ ਬੱਲੇ ਹੋ ਗਈ ਹੈ, ਆਹ ਵਿਕਟ ਮੈਂ ਸਾਰੀ ਗੱਲ ਟਿਕਾਣੇ ਲਾਤੀ ਹੈ, ਆਹ ਵਿਕਟ ਮੈਂ ਸਾਰੀ ਗੱਲ ਟਿਕਾਣੇ ਲਾਤੀ ਹੈ, ਐਨ ਟਿਕਾਣੇ ਲਾਤੇ, ਇੱਕ ਬਾਲ ਗਿਆ ਰਹਿ ਗਿਆ।